ਵੱਧ ਤੋਂ ਵੱਧ ਲੋਕਾਂ ਨੂੰ ਬਿਮਾਰ ਕਰ ਤਾਂ ਕਿ ਮੇਰੇ ਮਰੀਜ਼ਾਂ 'ਚ ਵਾਧਾ ਹੋਵੇ ਤੇ ਮੇਰਾ ਢਿੱਡ ਭਰਿਆ ਰਵੇ। ਹੋਰ ਕਿੰਨਾ ਕੁ ਭਰੇਗਾ ਇਹਨੂੰ? ਤੂੜੀ ਵਾਲੇ ਭੂਗ ਵਾਂਗੂ ਤਾਂ ਭਰ ਰੱਖਿਆ, ਨਾਲੇ ਜੇ ਤੇਰਾ ਢਿੱਡ ਭਰ ਵੀ ਗਿਆ ਨਾ, ਤੇਰੀ ਨੀਤ ਨਹੀਂ ਭਰਦੀ। ਜਿੰਨੀ ਬੇਰਹਿਮੀ ਨਾਲ 40-50 ਰੋਟੀਆਂ ਚੱਬਦਾ ਨਾ ਤੂੰ, ਜਿਹੜੀਆਂ ਛਾਬੇ 'ਚ ਰੋਟੀਆਂ ਪਈਆਂ ਹੁੰਦੀਆਂ ਉਹ ਵੀ ਰੱਬ ਅੱਗੇ ਅਰਦਾਸ ਕਰੀ ਜਾਂਦੀਆਂ ਹੁੰਦੀਆਂ। ਹੇ ਸੱਚੇ ਪਾਤਸ਼ਾਹ, ਇਹਦੇ ਮੂੰਹ 'ਚ ਨਾ ਭੇਜੀ, ਚਾਹੇ ਦੁਆਰੇ ਚੁੱਲ੍ਹੇ 'ਚ ਦੇ ਦੀ ਸਾਨੂੰ। ਲੱਗ ਗਿਆ ਮੱਥੇ? ਜਿੱਦਣ ਤੂੰ ਸਵੇਰੇ ਸਵੇਰੇ ਮੇਰੇ ਮੱਥੇ ਲੱਗ ਜੇ ਨਾ, ਕੋਈ ਮਰੀਜ਼ ਨਹੀਂ ਆਉਂਦਾ। ਫਿਰ ਵਧੀਆ, ਪਿੰਡ ਦਾ ਤਾਂ ਭਲਾ ਹੁੰਦਾ ਨਾ। ਪਿੰਡ ਬਾਰੇ ਸੋਚੀ, ਵੱਡੇ ਭਰਾ ਬਾਰੇ ਨਾ ਸੋਚੀ। ਨਾ ਤੈਨੂੰ ਨਿੱਕਾ ਭਰਾ ਨਹੀਂ ਦਿਸਦਾ, ਦਰ ਦਰ ਦੇ ਉੱਤੇ ਬਹੁ ਬਹੁ ਕਰਦਾ ਫਿਰਦਾ? ਓਏ ਹੁਣ ਤਾਂ ਲੋਕ ਮੈਨੂੰ ਛੜਾ ਛੜਾ ਵੀ ਕਹਿਣ ਲੱਗ ਗਏ। ਜਿਹੜੀ ਮਹਿੰਦੀ ਹੱਥਾਂ ਤੇ ਲੱਗਣੀ ਸੀ ਉਹੀ ਦਾੜੀ ਨੂੰ ਲੱਗਣ ਲੱਗ ਗਈ। ਤੈਨੂੰ ਨਹੀਂ ਦਿਸਦਾ ਵੀ ਮੈਂ ਕੰਧਾਂ 'ਚ ਟੱਕਰਾਂ ਮਾਰਦਾ ਫਿਰਦਾ? ਤਾਂ ਵਧੀਆ ਨਾ, ਕੰਧਾਂ 'ਚ ਟੱਕਰਾਂ ਮਾਰ ਕੇ ਤੇਰਾ ਸਿਰ ਪਟੂ ਤੇ ਮੈਂ ਜ਼ਖਮਾਂ ਤੇ ਟਾਂਕੇ ਲਾਉਣਾ ਸਿੱਖ ਲੂੰ। ਉਹ ਤੈਨੂੰ ਜ਼ਖਮਾਂ ਤੇ ਟਾਂਕੇ ਨਹੀਂ ਲਾਉਣੇ ਆਉਂਦੇ, ਲੂਣ ਤਾਂ ਬਥੇਰਾ ਲਾਉਣਾ ਆਉਂਦਾ। ਉਹ ਤੂੰ ਟਾਂਕਿਆਂ ਦੀ ਗੱਲ ਛੱਡ, ਆ ਜਿਹੜੀ ਢਿੱਡ ਦੀ ਰਜਾਈ ਬਣਾਈ ਹੈ ਨਾ, ਇਹ ਤੇ ਨਗੰਦੇ ਪਵਾ ਲੈ। ਆ ਤੇਰੀ ਗੋਗੜ ਦਾ ਲੋਗੜ ਨਾ ਖਿੰਡ ਜੇ। ਗੋਗੜ ਬਾਅਦ 'ਚ ਸਾਂਭ ਲਿਓ, ਪਹਿਲਾਂ ਉੱਧਰ ਆ ਕੇ ਨੱਕਾ ਲਾਓ। ਕੀ ਹੋ ਗਿਆ? ਹੋਣਾ ਕੀ ਹੈ, ਟੂਟੀ ਬੰਦ ਨਹੀਂ ਹੋ ਰਹੀ, ਮੱਛੀ ਫਾਰਮ ਬਣਿਆ ਪਿਆ। ਇਹ ਤਾਂ ਵਧੀਆ ਗੱਲ ਹੈ, ਦੁਕਾਨ ਤਾਂ ਇਹਦੀ ਚੱਲਦੀ ਨਹੀਂ, ਇੱਥੇ ਮੱਛੀ ਦੀ ਰੇਹੜੀ ਲਵਾ ਦਿਓ, ਨਾਲੇ ਲੋਕ ਦੇਖ ਦੇਖ ਕੇ ਖੁਸ਼ ਹੋਇਆ ਕਰਨਗੇ। ਦੇਖੋ ਇਹ ਵੇਲ ਮੱਛੀ, ਸੰਘਾੜਾ ਮੱਛੀ ਵੇਚੀ ਜਾਂਦੀ ਹੈ। ਦੇਖੀ ਕੀ ਜਾਂਦੇ, ਆਪਦੀ ਮਾਂ ਨੂੰ ਤਾਂ ਬੰਦ ਕਰ ਦੇ। ਦੂਜੀ ਮਾਂ ਤਾਂ ਸੁਣੀ ਸੀ, ਆ ਟੂਟੀ ਮਾਂ ਬਣਾਤੀ ਸਾਡੀ। ਜੇ ਟੂਟੀ ਸਾਡੀ ਮਾਂ ਹੈ ਤਾਂ ਹੁਣ ਡੈਡੀ ਅਸੀਂ ਟੁੱਲੂ ਪੰਪ ਨੂੰ ਕਹੀਏ? ਇਹਨੂੰ ਕਹਿ ਦੇ, ਇਹ ਕਿਹੜਾ ਵਿਹਲਾ ਖੜਾ ਇੱਥੇ ਗੰਢੇ ਕੁੱਟਦਾ। ਇਹਦੇ ਕਹੇ ਤੋਂ ਤਾਂ ਇਹਦੀ ਜਨਾਨੀ ਨਹੀਂ ਬੰਦ ਹੁੰਦੀ, ਟੂਟੀ ਕਿੱਥੋਂ ਬੰਦ ਹੋਜੂ? ਜੇ ਨਾ ਬੰਦ ਹੋਈ ਉੱਤੇ ਬਹਿ ਕੇ ਘੱਟ ਤੋਂ ਘੱਟ ਟੂਟੀ ਦਾ ਗਲਾ ਤਾਂ ਘੁੱਟ ਦੂ। ਬੇ ਟੂਟੀ ਦਾ ਪਾਣੀ ਬੰਦ ਕਰਾਉਣਾ, ਸਾਹ ਨਹੀਂ ਬੰਦ ਕਰਾਉਣਾ। ਮੈਨੂੰ ਇਹ ਤਾਂ ਦੱਸ, ਇਹਨੂੰ ਬਿਮਾਰੀ ਕੀ ਆ? ਟੂਟੀ ਨੂੰ ਉਲਟੀਆਂ ਲੱਗ ਗਈਆਂ, ਪਾਣੀ ਨਹੀਂ ਪਚਦਾ। ਤੈਨੂੰ ਦੱਸ ਕੇ ਧਾਈ ਹੈ ਭਾਬੀ ਵੀ ਟੂਟੀ ਖਰਾਬ ਹੈ, ਪਾਣੀ ਨਹੀਂ ਰੁਕ ਰਿਹਾ। ਬੇ ਤੁਸੀਂ ਲੜ ਫੇਰ ਲਿਓ, ਪਹਿਲਾਂ ਪਾਣੀ ਤਾਂ ਬੰਦ ਕਰਾ ਲਓ। ਮਿੱਠੂ, ਹਾਂਜੀ, ਟੂਟੀ ਬੰਦ ਕਰ। ਕਰਦਾ। ਹਾਂ, ਇਹਦੇ ਤਾਂ ਕੁੱਤੇ ਫੇਲ ਨੇ। ਕੁੱਤੇ ਟੂਟੀ ਦੇ ਨਹੀਂ, ਤੇਰੇ ਬਾਪੂ ਦੇ ਦਿਮਾਗ ਦੇ ਫੇਲ ਹੋਏ ਆ। 20 ਵਾਰੀ ਕਿਹਾ ਇਹਨੂੰ ਵੀ ਕਿਸੇ ਪ੍ਰਾਪਰਟੀ ਡੀਲਰ ਨੂੰ ਸੱਦ, ਇਹਦਾ ਫਾਹਾ ਵੱਢ। ਪ੍ਰਾਪਰਟੀ ਡੀਲਰ ਦਾ ਟੂਟੀ ਨਾਲ ਕੀ ਵਾਸਤਾ? ਪ੍ਰਾਪਰਟੀ ਡੀਲਰ ਦਾ ਟੂਟੀ ਨਾਲ ਵਾਸਤਾ ਹੈ ਚਾਹੇ ਨਹੀਂ ਹੈ, ਮੇਰੇ ਵੱਲੋਂ ਰੱਬ ਦਾ ਵਾਸਤਾ, ਤੂੰ ਮੇਰੀ ਮੰਨ, ਆ ਘਰ ਵੇਚ। ਵਾਹ ਓ ਤੇਰੇ, ਜੇ ਟੂਟੀ ਖਰਾਬ ਹੋ ਗਈ ਹੁਣ ਘਰ ਵੇਚ ਦੀਏ? ਹਾਂ, ਜਿਹੜੀ ਚੀਜ਼ 'ਚ ਨੁਕਸ ਪੈ ਗਿਆ ਉਹਨੂੰ ਵੇਚਣੀ ਚਾਹੀਦਾ। ਏਦਾਂ ਤਾਂ ਮੰਮੀ ਦੇ ਗੋਡਿਆਂ ਤੇ ਤੇਰੇ ਦਿਮਾਗ 'ਚ ਵੀ ਨੁਕਸ ਹੈ, ਤੁਹਾਨੂੰ ਵੀ ਵੇਚ ਦੀਏ। ਮੈਂ ਬੰਦਿਆਂ ਦੀ ਨਹੀਂ ਘਰ ਦੀ ਗੱਲ ਕਰਦਾ, ਨਾਲੇ ਜਿਹੜੇ ਘਰ 'ਚ ਇੰਨਾ ਮੋਟਾ ਭਰਾ ਰਹਿੰਦਾ ਹੋਵੇ ਤੇ ਖਰਾਬ ਟੂਟੀ ਹੋਵੇ, ਮੈਂ ਇੱਕ ਪਲ ਵੀ ਨਹੀਂ ਰਹਿੰਦਾ ਉਸ ਘਰ 'ਚ। ਠੀਕ ਆ, ਫਿਰ ਸਮਝ ਲੈ ਤੇਰਾ ਕੰਮ ਹੋ ਗਿਆ। ਕੀ? ਮੈਂ ਢਿੱਡ ਘਟਾਊਂਗਾ ਤੇ ਪਲੰਬਰ ਬੁਲਾਊਂਗਾ। ਸਾਨੂੰ ਪਲੰਬਰ ਦੀ ਨਹੀਂ, ਪ੍ਰਾਪਰਟੀ ਡੀਲਰ ਦੀ ਲੋੜ ਹੈ, ਕਿਉਂਕਿ ਮੈਂ ਘਰ ਵੇਚ ਕੇ ਸਾਹ ਲਊ। ਮੈਂ ਟੂਟੀ ਠੀਕ ਕਰਾ ਕੇ ਹੀ ਸਾਹ ਲਊਂਗਾ। ਵੇ ਜੋ ਕਰਨਾ ਬਾਅਦ 'ਚ ਕਰ ਲਿਓ, ਪਹਿਲਾਂ ਸਾਹ ਲੈ ਲਓ। ਹੁਣ ਤਾਂ ਮੈਂ ਘਰ ਦਾ ਸੌਦਾ ਕਰਕੇ ਹੀ ਸਾਹ ਲਊਗਾ। ਟੂਟੀ 'ਚੋਂ ਪਾਣੀ ਚੋਣ ਨਹੀਂ ਦੇਣਾ, ਘਰ ਦਾ ਸੌਦਾ ਹੋਣ ਨਹੀਂ ਦੇਣਾ। ਟੂਟੀ 'ਚੋਂ ਪਾਣੀ ਚੋਣ ਨਹੀਂ ਦੇਣਾ, ਘਰ ਦਾ ਸੌਦਾ ਹੋਣ ਨਹੀਂ ਦੇਣਾ। ਟੂਟੀ 'ਚੋਂ ਪਾਣੀ ਚੋਊਗਾ, ਘਰ ਦਾ ਸੌਦਾ ਹੋਊਗਾ। ਇਹ ਵੀ ਲੈ ਫਿਰ, ਜੱਟ ਦੀ ਜ਼ੁਬਾਨ ਹੈ। ਮੈਂ ਕਿਹੜਾ ਹਫਸ਼ੀ ਆ, ਮੈਂ ਵੀ ਤਾਂ ਜੱਟ ਆ। ਦੇਖਦੇ ਕਿਹਦੀ ਪੁਗਦੀ ਹੈ ਇਸ ਘਰ 'ਚ, ਮਾਰਦਾ ਗੱਲਾਂ। ਹੁਣ ਕੀ ਕਰੀਏ? ਪਲੰਬਰ ਨੂੰ ਫੋਨ। ਇਹ ਘਰ ਤਾਂ ਜੀ ਸਾਡਾ ਇੰਨਾ ਕਰਮ ਵਾਲਾ ਨਾ, ਜਦੋਂ ਦਾ ਬਣਾਇਆ ਵਾਧਾ ਹੀ ਵਾਧਾ ਹੋਇਆ। ਇਹ ਪਾਣੀ ਦਾ ਪ੍ਰੈਸ਼ਰ ਕਿੰਨਾ ਜੀ? ਪਾਣੀ ਦਾ ਪ੍ਰੈਸ਼ਰ ਤਾਂ ਇੰਨਾ, ਅਸੀਂ ਤਾਂ ਸੋਚਦੇ ਹਾਂ ਵੀ ਹਰਿਆਣੇ ਨੂੰ ਵੀ ਇੱਥੋਂ ਹੀ ਨਹਿਰ ਕੱਢ ਦਈਏ ਇੱਕ। ਟੂਟੀ ਕਿੱਥੇ ਹੈ ਜੀ? ਟੂਟੀ ਕੋਲੇ ਜਾਣ ਦੀ ਕੀ ਲੋੜ ਹੈ, ਇੱਥੇ ਹੱਥ ਧਵਾ ਦਿੰਦੇ ਤੁਹਾਡੇ। ਹੱਥ ਤਾਂ ਧੋਤੇ ਹੀ ਹੋਇਆ ਜੀ, ਆਪਾਂ ਟੂਟੀ ਦੇਖ ਲਈਏ ਜੀ। ਟੂਟੀ ਕੀ, ਸੁੱਖ ਨਾਲ ਤੁਹਾਨੂੰ ਸਾਰਾ ਘਰ ਦਿਖਾਵਾਂਗੇ। ਤੁਸੀਂ ਤਾਂ ਵਾਰ ਵਾਰ ਟੂਟੀ ਦੇ ਐਂ ਰੱਟ ਲਾਈ ਜਾਂਦੇ ਜਿਵੇਂ ਹਫ਼ਤੇ ਤੋਂ ਪਾਣੀ ਨਹੀਂ ਪੀਤਾ ਹੁੰਦਾ। ਅਸਲ ਵਿੱਚ ਭਾਜੀ ਮੈਂ ਕਿਤੇ ਹੋਰ ਵੀ ਜਾਣਾ ਜੀ। ਹੋਰ ਕਿਤੇ ਨਹੀਂ ਜਾਣ ਦਿੰਦੇ, ਹੁਣ ਤਾਂ ਇੱਥੇ ਹੀ ਸੌਦਾ ਹੋਊ। ਸੌਦਾ? ਹਾਂਜੀ ਹਾਂਜੀ, ਪਹਿਲਾਂ ਤੁਸੀਂ ਚਾਹ ਪੀਓ, ਚੱਕੋ। ਮਿੱਠਾ ਠੀਕ ਹੈ?
ਘਬਰਾਓ ਨਾ, ਆਰਾਮ ਨਾਲ ਪੀਓ। ਆਹ ਬਿਸਕੁਟ ਵੀ ਖਾਓ, ਚੱਕੋ ਬਿਸਕੁਟ। ਹੋਰ ਵੀ ਲਓ। ਸੱਚੀ? ਬਿਲਕੁਲ, ਤੁਹਾਡੇ ਵਾਸਤੇ ਢੇਰੀ ਕੀਤੇ ਪਲੇਟ 'ਚ। ਭਾਜੀ ਮੈਂ ਸਮਾਨ ਲੈ ਆਵਾਂ ਜੀ ਫਿਰ। ਇਹਦਾ ਮਤਲਬ ਪੈਸੇ ਨਾਲ ਹੀ ਚੱਕੀ ਫਿਰਦੇ ਨੇ। ਦੱਸੋ ਭਾਜੀ ਫਿਰ ਕੀ ਕਰਨਾ ਜੀ? ਤੁਸੀਂ ਦੱਸੋ ਜੀ ਕਿਵੇਂ ਕਰਨਾ। ਲੈ ਭਾਜੀ ਤੁਹਾਡਾ ਘਰ ਹੈ ਜੀ। ਸਾਡਾ ਕਾਹਦਾ ਜੀ, ਹੁਣ ਤਾਂ ਸੁੱਖ ਨਾਲ ਤੁਹਾਡਾ ਹੀ ਹੋਣ ਵਾਲਾ ਹੈ। ਹਾਂਜੀ ਹਾਂਜੀ, ਫੈਮਿਲੀ ਨਹੀਂ ਆਈ ਨਾਲ, ਉਹਨਾਂ ਨੂੰ ਵੀ ਦਿਖਾ ਲੈਂਦੇ। ਫੈਮਿਲੀ ਨੇ ਕੀ ਕਰਨਾ ਜੀ, ਇਹ ਤਾਂ ਕੰਮ ਮੈਂ ਇਕੱਲਾ ਕਰਦਾ ਹੁੰਦਾ ਜੀ। ਬੱਲੇ, ਆਹ ਹੋਈ ਨਾ ਮਰਦਾਂ ਵਾਲੀ ਗੱਲ। ਆਹ ਮੇਰੇ ਵਾਲਾ ਵੱਡਾ ਭਾਈ ਤਾਂ ਨਾ ਘਰ ਵਾਲੀ ਤੋਂ ਇੰਨਾ ਡਰਦਾ, ਸਾਹ ਵੀ ਉਹ ਤੋਂ ਪੁੱਛ ਕੇ ਲੈਂਦਾ, ਸਾਹ ਰੋ ਰੋ ਕੇ ਕੁੱਪ ਵਾਂਗੂ ਫੁੱਲਿਆ ਪਿਆ। ਹੁਣ ਤੁਸੀਂ ਦੱਸੋ ਕੀ ਫੈਸਲਾ, ਤੁਸੀਂ ਦੱਸੋ ਨਾ। ਹੁਣ ਸਾਡਾ ਕਾਹਦਾ, ਹੁਣ ਤਾਂ ਸੁੱਖ ਨਾਲ ਤੁਹਾਡਾ ਹੀ ਹੋ ਗਿਆ। ਆਪਾਂ ਪੈਸਿਆਂ ਦੀ ਗੱਲ ਕਰ ਲਈਏ। 100 ਰੁਪਇਆ ਠੀਕ ਹੈ ਜੀ? 100 ਰੁਪਇਆ ਤੁਸੀਂ ਮੈਨੂੰ ਸ਼ਗਨ ਦੇਣਾ ਜਾਂ ਬਿਆਨਾ ਦੇਣਾ? ਟੂਟੀ ਠੀਕ ਕਰਨ ਦਾ ਬਿਆਨਾ। ਉਹ ਕੀ ਟੂਟੀ ਟੂਟੀ ਲਾਈ ਹੈ? ਮੈਂ ਟੂਟੀਆਂ ਮਾਰਨੀਆਂ ਸਿਰ 'ਚ ਪੱਟ ਕੇ ਤੇਰੇ। ਸਾਲਾ ਪਲੰਬਰ ਦੀ ਔਲਾਦ। ਮੈਂ ਪਲੰਬਰ ਦੀ ਔਲਾਦ ਨਹੀਂ ਜੀ, ਮੇਰੇ ਪਾਪਾ ਜੀ ਦੀ ਔਲਾਦ ਪਲੰਬਰ ਹੈ ਜੀ, ਯਾਨੀ ਕਿ ਮੈਂ ਪਲੰਬਰ ਹਾਂ ਜੀ। ਤੂੰ ਘਰ ਨਹੀਂ ਖਰੀਦਣਾ? ਨਾ ਜੀ, ਮੈਨੂੰ ਤਾਂ ਕਿਸੇ ਦਾ ਫੋਨ ਆਇਆ ਸੀ, ਮੈਂ ਤਾਂ ਟੂਟੀ ਠੀਕ ਕਰਨ ਆਇਆ ਸੀ। ਇਸ਼ਾਰੇ ਤੂੰ ਕੱਪੜੇ ਧੋਣ ਵਾਲੇ ਕਰੀ ਜਾਂਦਾ, ਟੂਟੀ ਐਂ ਠੀਕ ਕਰੀ ਜਾਂਦੀ ਹੈ। ਇਹ ਐਂ ਜੀ, ਅਜੇ ਕਸੀ ਨਹੀਂ ਗਈ, ਪਾਣੀ ਲੀਕ ਕਰਦਾ। ਐਂ ਹਾਂ, ਹੁਣ ਕਸੀ ਗਈ ਹੈ। ਇੰਨਾ ਕੰਮ ਤਾਂ ਮੈਂ ਆਪ ਕਰ ਲੈਂਦਾ। ਉਹ ਚਾਹ ਥੱਲੇ ਰੱਖ, ਰੱਖ ਥੱਲੇ। ਸਾਲਾ ਇੰਨੇ ਬਿਸਕੁਟ ਖਾ ਗਿਆ, ਅਸੀਂ ਤਾਂ ਫੁੱਫੜ ਨੂੰ ਨਹੀਂ ਖਵਾਏ ਕਦੇ। ਭੱਜਾ ਤੋ। ਜਾਵਾਂ ਜੀ। ਔਰ ਬੈਂਡ ਬਾਜੇ ਵਾਲੇ ਬੁਲਾਵਾਂ? ਕੀ ਕਰਦਾ ਕੜਕਨਾਥ ਮੁਰਗਾ ਜਾ ਸਾਲਾ? ਆ ਕੀ ਕੀਤਾ ਤੂੰ? ਤੂੰ ਆਪ ਦੱਸ ਕੀ ਕਰ ਰਿਹਾ? ਮੈਂ ਜੋ ਕਰ ਰਿਹਾ ਸਹੀ ਕਰ ਰਿਹਾ। ਤੂੰ ਕੀ ਸਹੀ ਕਰ ਰਿਹਾ? ਤੂੰ ਤਾਂ ਭਵਿਸ਼ਣ ਤੋਂ ਵੀ ਮਾੜਾ ਨਿਕਲਿਆ। ਮੇਰਾ ਖਰੀਦਦਾਰ ਭਜਾਤਾ, ਬੇਇੱਜ਼ਤੀ ਕਰਾ ਕੇ ਰੱਖਤੀ ਮੇਰੀ। ਤੂੰ ਬੜਾ ਵੱਡੇ ਭਰਾ ਦੇ ਜਿਉਂ ਟੰਗ ਰਿਹਾ, ਮੇਰਾ ਪਲੰਬਰ ਕਿਉਂ ਭਜਾਇਆ? ਦੱਸ ਦੱਸ ਹੁਣ। ਪਲੰਬਰ ਆ ਕੇ ਤਾਂ ਦੇਖੇ, ਜੇ ਨਾ ਉਹਦੇ ਵਾਲੀ ਤੋਤਾਰਿਆਂ 'ਚ ਨਾਲ ਉਹਦਾ ਸਿਰ ਪਾੜਿਆਂ ਨਾਲੇ ਤੇਰਾ। ਖੂਨ ਦੀਆਂ ਨਦੀਆਂ ਬਹਾ ਦੂ ਇੱਥੇ ਮੈਂ। ਵੇ, ਖੂਨ ਦੀਆਂ ਨਦੀਆਂ ਬਾਅਦ 'ਚ ਵਗਾ ਲਿਓ, ਪਹਿਲਾਂ ਟੂਟੀ 'ਚੋਂ ਨਿਕਲਦਾ ਪਾਣੀ ਤਾਂ ਬੰਦ ਕਰਾ ਲਓ। ਜਿੰਨਾ ਚਿਰ ਘਰ ਨਹੀਂ ਨਾ ਵਿਕਦਾ, ਟੂਟੀ 'ਚੋਂ ਪਾਣੀ ਤਾਂ ਐਂ ਵਗੂ ਨਾ। ਐਂ ਕਿਵੇਂ ਵਗੂ? ਮੈਂ ਕਿਹਾ ਜੀ ਤੁਸੀਂ ਵੀ ਕੁਛ ਬੋਲੋ। ਬੋਲ ਤਾਂ ਰਿਹਾ, ਹੋਰ ਮੈਂ ਯੋਗਾ ਕਰ ਰਿਹਾ। ਉਹ ਯੋਗਾ ਕਰਨ ਯੋਗਾ ਤੂੰ ਬਚਿਆ ਕਿੱਥੇ ਹੈ? ਢਿੱਡ ਦਾ ਤਾਂ ਤੂੰ ਟਿੱਬਾ ਬਣਾ ਲਿਆ, ਛੋਲੇ ਬੀਜਣੇ ਇਹਦੇ ਤੇ। ਉਹਨਾਂ ਪੂਰਾ ਮਹੱਲਾ ਨਹੀਂ ਖਾਂਦਾ ਨੀ ਜਿੰਨਾ ਤੂੰ ਇਕੱਲਾ ਖਾ ਜਾਂਦਾ। ਪਤਾ ਨਹੀਂ ਕਿਹੜੇ ਵੇਲੇ ਜੰਮਤਾ ਮੇਰੀ ਮਾਂ ਨੇ ਕੁੰਭਕਰਨ ਨਾ। ਇਹ ਘਰ ਇਹਦੇ ਬਾਪ ਦਾ ਨਹੀਂ, ਵੀ ਜੋ ਇਹ ਕਹੂ ਉਹੀ ਹੋਊ। ਮੇਰੇ ਬਾਪ ਦਾ ਹੀ ਘਰ ਹੈ, ਇੱਥੇ ਮੈਂ ਕੋਈ ਨਾਨਕੇ ਨਹੀਂ ਰਹਿੰਦਾ, ਇਹ ਮੰਮੀ ਹੈ, ਮੇਰੀ ਮਾਮੀ ਨਹੀਂ। ਉਹ ਸ਼ਦੈਣੇ, ਇਹ ਕਿਉਂ ਭੁੱਲ ਜਾਨੀ ਆ ਕਿ ਉਹਦਾ ਤੇ ਮੇਰਾ ਬਾਪ ਇੱਕੋ ਆ। ਕਿਵੇਂ ਮੰਨਾਂ, ਨਾ ਸ਼ਕਲ ਮਿਲਦੀ ਹੈ ਨਾ ਲੱਛਣ। ਆ ਦੇਖ ਲੈ ਮੰਮੀ ਕਿੱਡਾ ਵੱਡਾ ਇਲਜ਼ਾਮ ਲਾਉਂਦੀ ਹੈ ਤੇਰੇ ਤੇ, ਜਿਵੇਂ ਵੀਰੇ ਨਾਲ ਕੋਈ ਜ਼ਿਆਦਾ ਸੋਹਣਾ। ਇਹ 'ਚ ਮੇਰਾ ਕੀ ਕਸੂਰ ਹੈ? ਰੰਗ ਰੂਪ ਤਾਂ ਰੱਬ ਦੇ ਦਿੱਤੇ ਦਾਤਾਂ ਨੇ ਨਾ। ਕੀ ਭੌਂਕਦੀ ਹੈ ਨਾ ਚੜੇਲੇ? ਮੰਮੀ, ਮੇਰੀ ਜਨਾਨੀ ਨੂੰ ਚੜੇਲ ਨਹੀਂ ਕਹਿਣਾ। ਭਾਵੇਂ ਮੇਕਅਪ ਲਾਉਣ ਤੋਂ ਬਾਅਦ ਲੱਗਦੀ ਉਹੀ ਹੈ, ਕਹਿਣਾ ਨਹੀਂ। ਦੇਖ ਸਕਦੇ ਚੜੇਲ ਨੂੰ, ਦੇਖ ਮੰਮੀ। ਆ ਦੇਖੋ ਜੀ, ਇਹ ਵੀ ਮੈਨੂੰ ਚੁੜੇਲ ਕਹਿ ਗਿਆ। ਨਿੱਕੇ, ਤੂੰ ਆਪਣੀ ਭਾਬੀ ਨੂੰ ਚੁੜੇਲ ਨਹੀਂ ਕਹੇਗਾ। ਠੀਕ ਹੈ, ਭਾਬੀ ਨੂੰ ਚੁੜੇਲ ਨਹੀਂ ਕਹਿੰਦਾ, ਪਰ ਚੁੜੇਲ ਨੂੰ ਤਾਂ ਭਾਬੀ ਕਹਿ ਸਕਦਾ। ਹਾਂ, ਹੁਣ ਤਾਂ ਖੁਸ਼ ਹੈ ਭਾਬੀ। ਨਾ ਤਾਂ ਤੁਸੀਂ ਕੁਛ ਸਮਝੋਗੇ, ਨਾ ਤੁਹਾਡੇ ਤੋਂ ਕੁਛ ਹੋਣਾ। ਕਰੀ ਤਾਂ ਜਾਨਾ, ਹੋਰ ਦੰਦਾਂ ਨਾਲ ਟਰੱਕ ਖਿੱਚ ਲਾਂ? ਉਹ ਟਰੱਕ ਕੀ, ਤੂੰ ਆਪਣੇ ਆਪ ਨੂੰ ਖਿੱਚ ਲੈ, ਉਹੀ ਬਹੁਤ ਹੈ। ਘੜੀਸ ਘੜੀਸ ਕੇ ਤਾਂ ਤੁਰਦਾ ਹੈ। ਬੇ ਬਸ ਕਰੋ ਬੇ, ਹੈ ਗੱਲ ਨੂੰ ਹੋਰ ਦੀ ਹੋਰ ਪਾਸੇ ਲੈ ਗਏ। ਗੱਲ ਤਾਂ ਟੂਟੀ ਦੀ ਚੱਲਦੀ ਹੈ। ਟੂਟੀ ਤਾਂ ਹੁਣ ਨਵਾਂ ਮਾਲਕ ਆ ਕੇ ਹੀ ਠੀਕ ਕਰਾਊ। ਇਹ ਤੇਰਾ ਆਖਰੀ ਫੈਸਲਾ ਹੈ? ਹਾਂ। ਜੇ ਤੂੰ ਇਹ ਫੈਸਲਾ ਨਾ ਬਦਲਿਆ ਨਾ, ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਇਹ ਤਾਂ ਪੂਰੇ ਮਹੱਲੇ ਨੂੰ ਪਤਾ, ਜੇ ਕੋਈ ਹੋਰ ਗੁਣਾ ਤਾਂ ਉਹ ਦੱਸ। ਇਹ ਤਾਂ ਧਮਕੀ ਤੋਂ ਵੀ ਨਹੀਂ ਡਰਦਾ। ਉਹ ਤੇਰੀਆਂ ਧਮਕੀਆਂ ਤੋਂ ਕੀ ਡਰਨਾ ਡਰਪੋਕਲ ਦੀਆਂ ਤੋਂ? ਜਿੰਨਾ ਵੱਡਾ ਤੇਰਾ ਸਰੀਰ ਹੈ ਨਾ, ਤਾਂ ਮੇਰੇ ਵਰਗੇ ਬੰਦੇ ਨੂੰ ਤਾਂ ਪੈਰਾਂ ਥੱਲੇ ਦੇ ਕੇ ਮਸਲ ਦੇ ਤੂੰ। ਪਰ ਜੰਗਾਂ ਜਿਗਰਿਆਂ ਨਾਲ ਜਿੱਤੀਆਂ ਜਾਂਦੀਆਂ ਵੀਰੇ, ਆਹ ਮੋਟੇ ਢਿੱਡਾਂ ਨਾਲ ਨਹੀਂ। ਐਵੇਂ ਨਹੀਂ ਦੁਨੀਆ ਕਹਿੰਦੀ, ਜਿੰਨਾ ਨਿੱਕਾ ਓਨਾ ਹੀ ਤਿੱਖਾ। ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਸੀਂ ਨਿੱਕੇ ਹੋ? ਕਿਉਂ, ਤੂੰ ਮੇਰੇ ਡਾਇਪਰ ਲੱਗਿਆ ਦੇਖ ਲਿਆ? ਮੇਰਾ ਮਤਲਬ ਤੁਹਾਡਾ ਨਾਂ ਨਿੱਕਾ ਹੈ? ਆਹੋ, ਨਿੱਕਾ ਹੀ ਹੈ। ਬੜਾ ਸੋਹਣਾ ਨਾਂ ਹੈ ਜੀ।
ਜੇ ਬਾਲਾ ਵਧੀਆ ਲੱਗਦਾ ਤੂੰ ਵੀ ਰੱਖ ਲਾ। ਮੈਨੂੰ ਪਤਾ ਲੱਗਿਆ ਜੀ ਤੁਸੀਂ ਕੋਠੀ ਵੇਚ ਰਹੇ ਹੋ। ਹਾਂਜੀ ਭਾਅ ਜੀ, ਤੁਸੀਂ ਖਰੀਦਣੀ ਚਾਹੁੰਦੇ ਹੋ? ਹਾਂਜੀ ਹਾਂਜੀ। ਲੈ ਫਿਰ ਇੱਥੇ ਖੜੇ ਕੀ ਕਰਦੇ ਹੋ, ਚਲੋ ਅੰਦਰ। ਠੀਕ ਹੈ ਜੀ, ਮੈਂ ਵੀ ਕੋਠੀ ਅੰਦਰੋਂ ਦੇਖਣੀ ਚਾਹੁੰਦਾ। ਲੈ ਅੰਦਰੋਂ ਦੇਖਣ ਦੀ ਕੀ ਲੋੜ ਹੈ, ਮੈਂ ਕਹਿੰਦਾ ਤੁਸੀਂ 4-5 ਦਿਨ ਰਹਿ ਕੇ ਦੇਖੋ ਭਾਅ ਜੀ। ਆ ਜਾਓ। ਠੀਕ ਹੈ, ਆ ਜਾਓ। ਬਹੁਤ ਵਧੀਆ, ਆਓ ਜੀ। ਹੁਣ ਦੇਖੋ ਪੂਰੀ ਰੀਝ ਦੇ ਨਾਲ ਘਰ। ਵਾਹ ਜੀ ਵਾਹ, ਘਰ ਤੁਹਾਡਾ ਬਹੁਤ ਵਧੀਆ, ਬਹੁਤ ਸੋਹਣਾ ਡਿਜ਼ਾਈਨ ਕੀਤਾ। ਥੈਂਕ ਯੂ। ਪਰ ਆ ਕੀ, ਆ ਟੂਟੀ 'ਚ ਪਾਣੀ ਚੱਲੀ ਜਾਂਦਾ ਨਾ? ਹੋਰ ਟੂਟੀ ਦੇ ਵਿੱਚ ਫਿਲਮ ਚੱਲਦੀ ਹੁੰਦੀ ਹੈ। ਭਾਈ ਸਾਹਿਬ, ਜਿਸ ਘਰ 'ਚ ਟੂਟੀ ਲੀਕ ਕਰਦੀ ਹੋਵੇ ਨਾ, ਘਰ ਵਾਧਾ ਨਹੀਂ ਕਰਦਾ ਹੁੰਦਾ, ਪੈਸਾ ਨਹੀਂ ਜੁੜਦਾ। ਜਦੋਂ ਟੂਟੀ ਨਹੀਂ ਲੀਕ ਕਰਦੀ ਸੀ ਸਾਡੇ ਕੋਲ ਤਾਂ ਉਦੋਂ ਵੀ ਨਹੀਂ ਪੈਸਾ ਜੁੜਿਆ, ਤਾਂ ਹੀ ਤਾਂ ਘਰ ਵੇਚਣ ਦੀ ਨੌਬਤ ਹੈ। ਕੀ ਮਤਲਬ? ਟੂਟੀ ਨਹੀਂ ਬੰਦ ਹੋ ਸਕਦੀ। ਕਿਉਂ? ਕਿਉਂਕਿ ਇਸ ਘਰ ਦਾ ਰੌਲਾ ਚੱਲਦਾ, ਕਿਤੇ ਇਹ ਨਾ ਹੋਏ ਕਿ ਮੇਰਾ ਭਰਾ ਤੇਰੇ ਤੋਂ ਪੈਸੇ ਵੀ ਲੈ ਲੇ ਤੇ ਘਰ ਵੀ ਨਾ ਦੇਵੇ। ਅੱਛਾ, ਮਤਲਬ ਡਿਸਪਿਊਟਡ ਪ੍ਰਾਪਰਟੀ ਹੈ? ਨਹੀਂ ਨਹੀਂ ਭਾਜੀ, ਕੋਈ ਡਿਸਪਿਊਟ ਨਹੀਂ। ਸਤਿ ਸ਼੍ਰੀ ਅਕਾਲ ਵੀਰ ਜੀ, ਪੈਰੀ ਪੈਣਾ ਜੀ। ਭਾਈ ਸਾਹਿਬ, ਮੈਂ ਇੰਨਾ ਨਹੀਂ ਹੈਗਾ, ਜਿਸ ਹਿਸਾਬ ਨਾਲ ਟੂਟੀ 'ਚੋਂ ਪਾਣੀ ਵਗ ਰਿਹਾ, ਮੈਨੂੰ ਸਮਾਨ ਟਰੱਕ 'ਚ ਨਹੀਂ ਕਿਸ਼ਤੀ 'ਚ ਲੈ ਕੇ ਆਉਣਾ ਪਊਗਾ, ਇੱਥੇ ਤਾਂ ਦਰਿਆ ਬਣ ਜੂ। ਉਹ ਭਾਈ ਸਾਹਿਬ, ਟੂਟੀ ਲੀਕ ਹੋਈ ਹੈ, ਕੋਈ ਭਾਖੜਾ ਰਹਿਮ ਤਾਂ ਨਹੀਂ ਟੁੱਟਿਆ? ਤੁਸੀਂ ਤਾਂ ਥੋੜਾ ਜਿਹਾ ਪਾਣੀ ਦੇਖ ਕੇ ਪਾਣੀ ਪਾਣੀ ਹੋ ਗਏ। ਤੁਸੀਂ ਸੌਦਾ ਕਰੋ ਤੇ ਪੈਸੇ ਕੱਢੋ। ਅੱਛਾ, ਮੈਂ ਪੈਸੇ ਕੱਢ ਦਵਾਂ? ਉਧਰ ਮੋਟੇ ਭਾਈ ਸਾਹਿਬ ਮੈਨੂੰ ਨਾਲ ਦੀ ਨਾਲ ਬਾਹਰ ਕੱਢ ਦੇਣ। ਭਾਈ ਸਾਹਿਬ, ਪਹਿਲਾਂ ਆਪਸ 'ਚ ਡਿਸਪਿਊਟ ਠੀਕ ਕਰੋ ਤੇ ਨਾਲੇ ਟੂਟੀ ਠੀਕ ਕਰਵਾਓ, ਫਿਰ ਸੌਦਾ ਹੋਊਗਾ। ਅੱਛਾ, ਇਹ ਗੱਲ ਹੈ? ਹਾਂਜੀ। ਟੂਟੀ ਤਾਂ ਸਮਝੋ ਠੀਕ ਹੋ ਗਈ। ਮੈਂ ਦੇਖਦਾ ਟੂਟੀ ਕਿਵੇਂ ਠੀਕ ਹੁੰਦੀ ਆ। ਜੇ ਟੂਟੀ ਠੀਕ ਹੋ ਗਈ ਨਾ ਤਾਂ ਮੇਰਾ ਦਿਮਾਗ ਖਰਾਬ ਹੋ ਜੂ। ਠੀਕ ਕਦੋਂ ਸੀ? ਟੂਟੀ ਤਾਂ ਠੀਕ ਹੋ ਕੇ ਰਹੂ। ਤੂੰ ਹੱਥ ਲਾ ਕੇ ਦਿਖਾ। ਆ ਲੈ, ਮੈਨੂੰ ਨਹੀਂ ਟੂਟੀ ਨੂੰ ਹੱਥ ਲਾ ਕੇ ਦਿਖਾ। ਭਾਈ ਸਾਹਿਬ, ਤੁਸੀਂ ਦੋਨੇ ਜਾਣੇ ਪਹਿਲਾਂ ਪਿਆਰ ਨਾਲ ਲੜ ਲਓ। ਹੁਣ ਪਿਆਰ ਨਾਲ ਲੜਨ ਨੂੰ ਅਸੀਂ ਇੱਕ ਦੂਜੇ ਦੀਆਂ ਪਾਰੀਆਂ ਕਰ ਕਰ ਲੜੀਏ? ਓ ਯਾਰ, ਜਿਵੇਂ ਮਰਜ਼ੀ ਲੜ ਲਓ, ਜਦੋਂ ਟੂਟੀ ਠੀਕ ਹੋ ਗਈ ਮੈਨੂੰ ਉਦੋਂ ਬੁਲਾ ਲਿਓ। ਤੁਸੀਂ ਗਾਹਕ ਤਾਂ ਪੱਕੇ ਹੋ ਨਾ? ਹਾਂਜੀ ਹਾਂ, ਪੱਕਾ। ਬਸ ਤੁਸੀਂ ਬਿਆਨਾ ਤਿਆਰ ਰੱਖੋ, ਟੂਟੀ ਤਾਂ ਠੀਕ ਹੋਈ ਸਮਝੋ। ਓਕੇ। ਹਾਂ, ਹੁਣ ਮੈਂ ਦੇਖਦਾ ਨਿੱਕੇ ਦੇ ਗੁੱਸੇ ਦੇ ਤੂਫਾਨ ਨੂੰ ਕੌਣ ਰੋਕਦਾ। ਐ ਕਿਵੇਂ ਨਹੀਂ ਟੂਟੀ ਠੀਕ ਕਰਨ ਦਿੰਦੇ, ਮੌਰ ਨਹੀਂ ਸੇਕ ਤੂੰ? ਆ ਲਓ ਭਾਜੀ, ਲਓ ਭਾਜੀ, ਹੋ ਗਈ ਤੁਹਾਡੀ ਟੂਟੀ ਠੀਕ। ਹੁਣ ਮੁੰਡਾ ਮਰਜੂ ਪਰ ਤੜਾਕੀ ਰਾ ਟੁੱਟੂ। ਬੱਲੇ, ਸ਼ਾਬਾਸ਼ ਮੇਰੇ ਵੀਰ, ਸ਼ਾਬਾਸ਼। ਉਹ ਭਾਜੀ, ਸ਼ਾਬਾਸ਼ ਨਾਲ ਨਹੀਂ ਕੰਮ ਚੱਲਣਾ, 500 ਰੁਪਇਆ ਕੱਢੋ। ਉਹ ਵੀਰੇ, ਬਿਆਨੇ ਵਾਲਾ ਘਰੋਂ ਪੈਸੇ ਲੈ ਕੇ ਚੱਲਿਆ ਹੋਇਆ, ਬਿਆਨੇ ਦੇ ਪੈਸੇ 'ਚੋਂ ਪਹਿਲੇ 500 ਰੁਪਏ ਤੇਰੇ ਹੀ ਦਿਉਂ। ਭਾਜੀ, ਜੇ ਨੋਟ 2-2 ਹਜ਼ਾਰ ਦੇ ਹੋਏ ਫੇਰ? ਤੂੰ 500 ਤੋਂ ਵੀ ਜਾਏਂਗਾ ਮੈਨੂੰ ਲੱਗਦਾ। ਕਦ ਤੇਰਾ 5 ਰੁਪਏ ਦੇ ਨੋਟ 'ਚਡਾ ਗੱਲਾਂ ਤੂੰ 2-2 ਹਜ਼ਾਰ ਦੇ ਨੋਟਾਂ ਦੀਆਂ ਕਰਦਾ। ਇੱਕ ਮਿੰਟ। ਹੈਲੋ, ਹਾਂ ਬਿੱਲਾ ਜੀ, ਹੋ ਗਈ ਟੂਟੀ ਠੀਕ, ਆ ਜਾਓ ਤੁਸੀਂ। ਕਹਿੰਦੇ ਸੀ ਘਰ ਨਹੀਂ ਵਿਕਣ ਦੇਣਾ, ਆਹ ਵੇਚਤਾ ਤੁਹਾਡਾ ਮਾਸੜ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਟੂਟੀ ਹੋ ਗਈ ਠੀਕ, ਫਿਰ ਮੈਂ ਕੀ ਕਰਾਂ? ਕਰਨਾ ਕੀ ਹੈ, ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋ, ਮੈਨੂੰ ਪੈਸੇ ਦਿਓ ਤੇ ਮੇਰੇ ਭਰਾ ਨੂੰ ਬਾਹਰ ਕੱਢੋ। ਓ ਭਾਈ ਸਾਹਿਬ, ਤੁਹਾਡੇ ਭਰਾ ਨੂੰ ਚੱਕਣ ਵਾਸਤੇ ਨਾ ਘੱਟੋ ਘੱਟ 10 ਬੰਦੇ ਚਾਹੀਦੇ ਆ। ਕਰੇਨ ਮੰਗਾ ਲਓ, ਕਿਰਾਇਆ ਮੈਂ ਦੇ ਦੂੰ। ਕਮਾਲ ਕਰ ਦਿਓ ਭਾਈ ਸਾਹਿਬ, ਮੈਂ ਤੁਹਾਡੇ ਭਾਈ ਨੂੰ ਕਿਵੇਂ ਬਾਹਰ ਕੱਢ ਸਕਦਾ? ਤੁਸੀਂ ਮਾਲਕੋਂ ਸੁੱਖ ਨਾਲ ਚਾਹੇ ਧੱਕੇ ਦੇ ਕੇ ਕੱਢੋ, ਚਾਹੇ ਟੋਚਨ ਪਾ ਕੇ। ਮੈਂ ਤਾਂ ਰਾਮਲੀਲਾ ਦਾ ਛੋਟਾ ਜਿਹਾ ਕਲਾਕਾਰ ਹਾਂ। ਮੈਂ ਤਾਂ ਤੁਹਾਡੇ ਭਾਈ ਸਾਹਿਬ ਨੇ ਕਿਹਾ ਸੀਗਾ ਵੀ ਆਹ ਕੋਠੀ ਖਰੀਦਣ ਦੀ ਮਾਲਕ ਦੀ ਐਕਟਿੰਗ ਕਰਦੀ, ਮੈਂ ਤੈਨੂੰ 1000 ਰੁਪਇਆ ਦੇ ਦੂੰ। ਪਰ ਹੁਣ ਉਹ ਤੋਂ ਤੂੰ 1000 ਰੁਪਇਆ ਨਹੀਂ, 11 ਹਜ਼ਾਰ ਲੈ। 11 ਹਜ਼ਾਰ ਭਾਜੀ? ਹਾਂ। ਉਹ ਕਾਹਦਾ? 1000 ਤੇਰੀ ਐਕਟਿੰਗ ਦਾ ਤੇ 10 ਹਜ਼ਾਰ ਪਲਸਤਰ ਦਾ। ਪਲਸਤਰ ਤਾਂ ਮੇਰੇ ਘਰ ਨੂੰ ਹੋਇਆ ਹੋਇਆ। ਘਰ ਨੂੰ ਹੋਇਆ ਵੈ ਨਾ, ਲੱਤਾਂ ਨੂੰ ਤਾਂ ਨਹੀਂ। ਖੜਦਾ ਨਹੀਂ ਭਾਜੀ, ਭੱਜ ਜਾਂਦੀ ਹੁੰਦੀ ਭਾਜੀ। ਕਮਾਲ ਕਰਦਾ ਭਾਜੀ। ਕੀ ਹਾਲ ਹੈ ਸਤਿੰਦਰ? ਉਹ ਕਾਹਦੇ ਹਾਲ ਯਾਰ, ਘਰ ਲੱਭ ਰਿਹਾ। ਕਿਹਦਾ ਘਰ? ਆਪਣਾ। ਕਮਾਲ ਦਾ ਬੰਦਾ ਯਾਰ, ਆਪਣਾ ਘਰ ਹੀ ਭੁੱਲ ਗਿਆ। ਉਹ ਨਹੀਂ ਯਾਰ, ਜਿਹੜੇ ਮੈਂ ਮਕਾਨ ਮਾਲਕ ਕੋਲ ਰਹਿੰਦਾ ਸੀ, ਉਹ ਰੋਜ਼ ਰਾਤ ਨੂੰ ਦਾਰੂ ਪੀ ਕੇ ਆਪਣੀ ਜਨਾਨੀ ਨਾਲ ਲੜ ਪੈਂਦਾ ਸੀ ਤੇ ਸਾਰੀ ਰਾਤ ਰੌਲਾ ਪਈ ਜਾਂਦਾ ਸੀ।
ਤੇ ਮੈਥੋਂ ਯਾਰ ਪੜ੍ਹ ਨਹੀਂ ਹੁੰਦਾ ਸੀਗਾ। ਆ ਜਿੰਨਾ ਚਿਰ ਉਹ ਲੜਦੇ ਸੀ ਆ ਗਿਟਾਰ ਵਜਾ ਲੈਂਦਾ ਜਿਹੜੀ ਗਰਦਨ ਤੇ ਟੰਗੀ ਫਿਰਦਾ। ਮਤਲਬ ਉਹ ਜ਼ਿਆਦਾ ਮਤਲਬ ਹੀ ਨਾ ਬਣ, ਤੂੰ ਐ ਕਰ ਸਾਡਾ ਘਰ ਖਰੀਦ। ਉਹ ਇੰਨੇ ਪੈਸੇ ਕਿੱਥੇ ਭਰਾਵਾ, ਮੈਂ ਤਾਂ ਕਿਰਾਏ ਤੇ ਰਹਿਣ ਲਈ ਲੱਭ ਰਿਹਾ ਯਾਰ। ਕਿੰਨਾ ਕਿਰਾਇਆ ਦੇ ਸਕਦਾ? 4-5 ਹਜ਼ਾਰ। ਲੈ ਫਿਰ ਤਾਂ ਤੈਨੂੰ ਸਾਡੇ ਘਰ ਤੋਂ ਵਧੀਆ ਘਰ ਮਿਲ ਹੀ ਨਹੀਂ ਸਕਦਾ ਕਿਰਾਏ ਤੇ। ਅੱਛਾ ਹਾਂ, ਪਰ ਮੇਰੇ ਪੇਪਰ ਆ, ਮੈਂ ਪੜ੍ਹਨਾ ਹੁੰਦਾ ਬਾਈ। ਉਹ ਪੜ੍ਹ ਲਿਆ ਕਰੀ, ਅਸੀਂ ਕਿਹੜਾ ਤੇਰੇ ਕਿਤਾਬਾਂ ਚੱਕ ਕੇ ਲੁਕੋ ਦਾਂਗੇ। ਹੋ ਮੇਰਾ ਮਤਲਬ ਮੈਨੂੰ ਸ਼ਾਂਤੀ ਚਾਹੀਦੀ ਆ। ਓਏ ਥਾਈਲੈਂਡ ਨਹੀਂ ਇਹ, ਪਿੰਡ ਹੈ, ਇਹੋ ਜਿਹੀਆਂ ਸਰਵਿਸਾਂ ਨਹੀਂ ਮਿਲਦੀਆਂ ਇੱਥੇ। ਹੋ ਮੈਂ ਉਹ ਸ਼ਾਂਤੀ ਦੀ ਗੱਲ ਨਹੀਂ ਕਰਦਾ ਭਰਾਵਾ, ਸ਼ਾਂਤ ਮਾਹੌਲ ਦੀ ਗੱਲ ਕਰਦਾ। ਉਹ ਸ਼ਾਂਤ ਮਾਹੌਲ ਤਾਂ ਸਾਡੇ ਘਰੇ ਇੰਨਾ ਹੈ ਬਈ, ਕਈ ਵਾਰੀ ਤਾਂ ਸਾਨੂੰ ਵੀ ਨਹੀਂ ਪਤਾ ਲੱਗਦਾ ਅਸੀਂ ਘਰੇ ਆ ਕਿ ਕਿਤੇ ਗਏ ਹੋਏ ਹਾਂ। ਤੂੰ ਐਂ ਕਰ ਸਾਡਾ ਘਰ ਦੇਖਾ ਜਾ। ਚੱਲ ਫਿਰ, ਚੱਲ ਚੱਲੀਏ। ਤੂੰ ਐਂ ਕਰ ਇੱਥੇ ਖੜ, ਮੈਂ ਮੰਮੀ ਨਾਲ ਗੱਲ ਕਰਕੇ। ਠੀਕ ਹੈ। ਆਇਆ ਮੰਮੀ, ਮੰਮੀ ਨੀ ਮੰਮੀ ਬਈ ਕੀ ਹੋਇਆ ਹੈ? ਪਹਿਲਾਂ ਵਿਆਹ ਤਾਂ ਕਰਾ ਦੇ ਕਿਸੇ ਨਾਲ ਮੇਰਾ, ਫੇਰ ਹੀ ਹੋਊ ਕੁਛ। ਵੇਖਾਂ ਅੰਨਾ ਜਲਹਾ ਮਾਂ ਨਾ ਮਸਕਰੀ। ਮੈਂ ਕਿ ਸਕੀਮ ਲੈ ਕੇ ਆਇਆ। ਕਦੇ ਕੋਈ ਸੌਦਾ ਪੱਤਾ ਜਾਂ ਪੈਸਾ ਟੁੱਕਰ ਵੀ ਲਿਆਇਆ ਕਰ, ਕੱਲੀਆਂ ਸਕੀਮਾਂ ਲੈ ਕੇ ਹੀ ਆ ਜਾਂਦਾ। ਜਿਹੜੀ ਹੁਣ ਸਕੀਮ ਲੈ ਕੇ ਆਇਆ ਉਹਦੇ ਨਾਲ ਪੈਸਾ ਹੀ ਆਊ। ਮੈਂ ਇੰਨੀ ਸਿਆਣੀ ਤਾਂ ਹੈ ਨਹੀਂ ਵੀ ਤੇਰੀਆਂ ਬੁਝਾਰਤਾਂ ਜੀਆਂ ਸਮਝ ਲਾਂ। ਸਿੱਧਾ ਸਿੱਧਾ ਦੱਸ ਕੀ ਗੱਲ ਹੈ? ਮੈਂ ਆਪਣਾ ਘਰ ਕਿਰਾਏ ਤੇ ਚਾੜਨ ਲੱਗਿਆ। ਆਪਾਂ ਗੁਰਦੁਆਰੇ ਰਹਿਣੇ? ਇੱਕ ਤਾਂ ਕਮਰਾ ਚਾੜਨਾ ਮੰਮੀ, ਚੜੇ ਮਹੀਨੇ 5,000 ਰੁਪਇਆ ਆਇਆ ਕਰੂ। ਵੀ ਘਰ 'ਚ ਬਗਾਨਾ ਬੰਦਾ ਫਿਰਦਾ ਬੁਰਾ ਲੱਗਦਾ। ਬੁਰਾ ਲੱਗਣ ਨੂੰ ਉਹ ਕਿਹੜਾ ਲੰਘ ਮਾਰ ਕੇ ਤੁਰਦਾ, ਨਾਲੇ ਜਿਹੜਾ ਘਰ ਹੀ ਆ ਗਿਆ ਉਹ ਬਗਾਨਾ ਕਾਹਦਾ? ਆਖੇ ਘਰ ਆਇਆ ਅੰਮਾ ਜਾਇਆ ਨਾ ਭਾਈ, ਘਰੇ ਜਵਾਨ ਬਹੂ ਹੈ। ਬਹੂ ਦੀ ਜਵਾਨੀ ਲੰਘੀ ਨੂੰ 26 ਸਾਲ ਹੋ ਗਏ, ਉਹਦੇ ਕੰਨੀ ਕਿਹਨੇ ਚੱਕਣਾ? ਉਹਦੇ ਕੰਨੀ ਤਾਂ ਅੱਜ ਕੱਲ੍ਹ ਬਾਈ ਨਹੀਂ ਝਾਕਦਾ। ਵੀ ਜੇ ਉਹ ਨਹੀਂ ਝਾਕਦਾ ਤਾਂ ਹੀ ਤਾਂ ਡਰ ਲੱਗਦਾ। ਤੂੰ ਫਿਕਰ ਨਾ ਕਰ ਮੰਮੀ, ਮੇਰਾ ਦੇਖਿਆ ਪਰਖਿਆ ਬੰਦਾ, ਬਹੁਤ ਵਧੀਆ ਉਹ। ਚੱਲ ਦੇਖ ਲਾ ਪੁੱਤ। ਮੈਂ ਤਾਂ ਦੇਖ ਲਿਆ, ਹੁਣ ਤੂੰ ਬਸ ਮੇਰੀ ਕਰਾਮਾਤ ਦੇਖ। ਹੁਣ ਹੀ ਲੈ ਕੇ ਆਇਆ ਉਹਨੂੰ। ਆ ਜਾ ਬਈ, ਇਹ ਹੈ ਤੇਰੇ ਵਾਸਤੇ ਆਲੀਸ਼ਾਨ ਬੰਗਲਾ, ਖੁੱਲ੍ਹਾ ਤੇ ਹਵਾਦਾਰ। ਹਵਾਦਾਰ ਤਾਂ ਠੀਕ ਹੈ, ਪਰ ਬਾਈ ਮੈਂ ਪੜ੍ਹਨਾ ਹੁੰਦਾ। ਉਹ ਭਰਾਵਾ ਇੰਨੀ ਹਨੇਰੀ ਵੀ ਨਹੀਂ ਚੱਲਦੀ ਵੀ ਤੇਰੀਆਂ ਕਿਤਾਬਾਂ ਦੇ ਵਰ ਕੇ ਪਲਟ ਦੂ। ਬਾਈ ਇੱਥੇ ਨੈਟਵਰਕ ਹੀ ਘੱਟ ਆ। ਹੁਣ ਤੇਰੇ 5,000 ਪਿੱਛੇ ਮੈਂ ਟਾਵਰ ਤਲ ਬਣੋ ਰਿਹਾ। ਬਾਈ ਲਾਈਟ ਤਾਂ ਨਹੀਂ ਭੱਜਦੀ? ਲਾਈਟ ਤਾਂ ਨਹੀਂ ਭੱਜਦੀ, ਪਰ ਕਈ ਵਾਰੀ ਗੁੱਸੇ ਹੋ ਕੇ ਆਪ ਘਰੋਂ ਭੱਜ ਜਾਈਦਾ। ਉਹ ਤੂੰ ਫਿਕਰ ਨਾ ਕਰ, ਜੇ ਲਾਈਟ ਭੱਜ ਵੀ ਗਈ ਨਾ ਤਾਂ ਲਾਲਟਣ ਰਹਿ ਕੇ ਤੇਰੇ ਮੂਹਰੇ ਖੜਾ ਰਿਹਾ ਕਰੂੰ। ਉਹਨਾਂ ਤੂੰ ਤੇਰਾ ਪੜ੍ਹਾਈ ਨਹੀਂ ਕੱਢਣਾ ਜਿੰਨਾ ਲਾਲਟਣ ਨੇ ਸਵੇਰ ਨੂੰ ਤੇਰੇ ਨਹਾਸਾਂ 'ਚੋਂ ਕਢਾਉਣਾ। ਚੱਲ ਭਈਆ ਆ ਜਾ। ਇਹ ਮੰਮੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ, ਜਿਉਂਦਾ ਰਹਿ। ਯਾਰ ਘਰ ਤਾਂ ਠੀਕ ਲੱਗਦਾ, ਬੜਾ ਸ਼ਾਂਤ ਮਾਹੌਲ ਹੈ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਾਡੇ ਘਰ 'ਚ ਤਾਂ ਇੰਨੀ ਸ਼ਾਂਤੀ ਹੈ ਕਿ ਪਰਿੰਦਾ ਵੀ ਭਰ ਨਹੀਂ ਮਾਰਦਾ। ਆ ਬਸ ਕਦੇ ਕਦੇ ਬੱਚੇ ਬਾਲ ਜ਼ਰੂਰ ਮਾਰ ਦਿੰਦੇ ਆ। ਕਿਰਾਏਦਾਰ ਆਪਣਾ ਕਿਰਾਏਦਾਰ? ਜਦ ਮੇਰੇ ਡੈਡੀ ਨੇ ਤੁਹਾਡੇ ਕੋਲ 2 ਦਿਨ ਰਹਿਣ ਆਉਣਾ ਸੀ, ਉਹ ਤਾਂ ਕਹਿੰਦੇ ਸਾਡੇ ਕੋਲ ਵਾਧੂ ਜਗ੍ਹਾ ਨੀ, ਹੁਣ ਕਿਰਾਏ ਤੇ ਦੇਣ ਨੂੰ ਜਗ੍ਹਾ ਆ ਗਈ? ਭਾਬੀ ਜਦੋਂ ਕੋਈ ਪੈਸੇ ਦੇਵੇ ਤਾਂ ਜਗ੍ਹਾ ਬਣ ਜਾਂਦੀ ਹੈ। ਮੈਂ ਕਿਹਾ ਸੁਣਦੇ ਹੋ ਜੀ, ਕੀ ਹੋਇਆ? ਇਹੀ ਤਾਂ ਸਿਆਪਾ ਵੀ ਤੁਹਾਨੂੰ ਕੁਛ ਪਤਾ ਨਹੀਂ ਲੱਗਦਾ ਵੀ ਘਰ 'ਚ ਕੀ ਹੋ ਰਿਹਾ ਤੇ ਕੀ ਨਹੀਂ। ਘਰ 'ਚ ਕਿਰਾਏਦਾਰ ਰੱਖਿਆ ਜਾ ਰਿਹਾ ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਨਹੀਂ। ਇਹ 'ਚ ਕਿਹੜੀ ਵੱਡੀ ਗੱਲ ਆ, ਮੈਂ ਪੁੱਛ ਲੈਣਾ। ਪੰਮੀ ਤੈਨੂੰ ਘਰ ਕਿਰਾਏ ਤੇ ਚਾਹੀਦਾ? ਫਿਟੇ ਮੂੰਹ ਤੁਹਾਡੇ, ਸਮਝਿਆ ਕਰੋ ਘਰ ਕਿਰਾਏ ਤੇ ਚੜਾਇਆ ਜਾ ਰਿਹਾ, ਉਹ ਵੀ ਤੁਹਾਨੂੰ ਬਿਨਾਂ ਪੁੱਛੇ। ਉਹ ਅੱਛਾ ਜੀ। ਓਏ ਭਰਾ ਦੀ ਰਾਏ ਤੋਂ ਬਗੈਰ ਘਰ 'ਚ ਕੋਈ ਕੁੱਤਾ ਨਹੀਂ ਰੱਖਦਾ, ਤੂੰ ਕਿਰਾਏਦਾਰ ਰੱਖਣ ਨੂੰ ਫਿਰਦਾ? ਤੂੰ ਵੀ ਮੇਰੀ ਰਾਏ ਤੋਂ ਬਿਨਾਂ ਭਾਬੀ ਰੱਖੀ ਬੈਠਾ ਹੈ। ਰੱਖੀ ਤੋਂ ਕੀ ਮਤਲਬ? ਇਹ ਲਾਵਾਂ ਲੈ ਕੇ ਆਈ ਆ। ਲਾਵਾਂ ਨਹੀਂ ਬਲਾਵਾਂ ਲੈ ਕੇ ਆਈ ਹੈ। ਦੇਖ ਲਾ ਮੰਮੀ ਤੇਰੇ ਸਾਹਮਣੇ ਮੇਰੇ ਨਾਲ ਕਿਵੇਂ ਬੋਲਦਾ, ਤੂੰ ਕੁਛ ਬੋਲ। ਮੈਂ ਕੀ ਬੋਲਾਂ, ਜੇ ਤੁਸੀਂ ਚੁੱਪ ਕਰੋ ਮੈਂ ਤਾਂ ਹੀ ਬੋਲੂੰਗੀ। ਦੇਖ ਭਾਬੀ ਮੈਂ ਫੈਸਲਾ ਕਰ ਲਿਆ, ਕਿਰਾਏਦਾਰ ਤਾਂ ਹੁਣ ਘਰ 'ਚ ਰਹੂਗਾ। ਨਹੀਂ ਤੂੰ ਤਾਂ ਮੇਰੇ ਨਾਲ ਗੱਲ ਨਾ ਕਰ,
ਮੈਂ ਤੇਰੇ ਨਾਲ ਨਹੀਂ ਬੋਲਣਾ। ਨਾ ਬੋਲ, ਅੱਗੇ ਕਿਹੜਾ ਮੈਨੂੰ ਗੁੱਡ ਮਾਰਨਿੰਗ ਬੁਲਾ ਕੇ ਚਾਹ ਪੀਨੀ ਆ ਤੂੰ? ਖਬਰਦਾਰ ਜੇ ਮੇਰੇ ਪੁੱਤ ਨੂੰ ਵੱਧ ਘੱਟ ਬੋਲੀ ਹੈ ਤਾਂ। ਵਾਹ, ਛੋਟੇ ਪੁੱਤ ਨੂੰ ਮਾੜਾ ਜਿਹਾ ਬੋਲ ਲਿਆ ਤਾਂ ਦੁੱਖ ਹੋਇਆ? ਓਏ, ਰੋਜ਼ ਜਦੇ ਮੇਰੇ ਨਾਲ ਕੁੱਤੇ ਖਾਣੀ ਕਰਦੀ ਆ ਉਦੋਂ ਦੁੱਖ ਨ਀ ਹੁੰਦਾ? ਮੈਂ ਵੀ ਤਾਂ ਤੇਰਾ ਪੁੱਤ ਆ। ਪੁੱਤ ਤਾਂ ਤੂੰ ਵਿਆਹ ਤੋਂ ਪਹਿਲਾਂ ਸੀ ਨਾ? ਵਿਆਹ ਤੋਂ ਬਾਅਦ ਮੈਂ ਫੁੱਫੜ ਬਣ ਗਿਆ। ਆ ਦੇਖ ਲੈ ਮੰਮੀ, ਸਾਡਾ ਫੁੱਫੜ ਬਣ ਨੂੰ ਫਿਰਦਾ। ਜੇ ਕਿਤੇ ਅੱਜ ਮੇਰਾ ਪਿਓ ਜਦੋਂ ਹੁੰਦਾ ਨਾ, ਅਸੀਂ ਤੁਰ ਫੜ ਕੇ ਢਾ ਲੈਣਾ ਸੀ ਤੈਨੂੰ। ਹੁਣ ਇਕੱਲੇ ਦਾ ਫੋ ਨੀ ਪੈਂਦਾ ਮੇਰਾ। ਉਹ ਬਾਲੀ ਬਕਵਾਸ ਨਾ ਮਾਰ, ਨਾਲੇ ਤੂੰ ਇੱਥੇ ਖੜਾ ਕੀ ਭਾਲਦਾ? ਸ਼ਾਂਤੀ ਸ਼ਾਂਤੀ ਤਾਂ ਮੇਰੇ ਵਿਆਹ ਤੋਂ ਬਾਅਦ ਅੱਡੀਆਂ ਨੂੰ ਥੁੱਕ ਲਾ ਕੇ ਚਲੀ ਗਈ, ਹੁਣ ਤੂੰ ਵੀ ਅੱਡੀਆਂ ਨੂੰ ਥੁੱਕ ਲਾ ਕੇ ਇੱਥੋਂ ਚਲਾ ਜਾ। ਇਹ ਅੱਡੀਆਂ ਨੂੰ ਥੁੱਕ ਨਹੀਂ ਲਾ ਸਕਦਾ। ਜੇ ਇਹ ਅੱਡੀਆਂ ਨੂੰ ਥੁੱਕ ਨਹੀਂ ਲਾ ਸਕਦਾ ਤਾਂ ਇਹਦੇ ਗਿੱਟਿਆਂ ਤੇ ਮੈਂ ਡਾਂਗਾਂ ਤਾਂ ਲਾ ਸਕਦਾ? ਬੜੀ ਸ਼ਾਂਤੀ ਆ ਬਾਈ ਤੁਹਾਡੇ ਘਰੇ। ਮੈਨੂੰ ਲੱਗਦਾ ਪੁਰਾਣੇ ਸਮੇਂ ਸਾਧੂ ਇੱਥੇ ਤੱਪ ਕਰਕੇ ਗਏ। ਚੰਗਾ ਮੈਂ ਚੱਲਿਆ। ਜਾ, ਤੁਸੀਂ ਵੀ ਜਾਓ। ਮੈਂ ਤਾਂ ਜ਼ਿੰਦਗੀ ਭਰ ਦਾ ਕਿਰਾਇਆ ਦੇ ਬੈਠੀ ਆ, ਮੈਂ ਕਿੱਥੇ ਜਾਵਾਂ? ਭਾਈ ਨੂੰ ਤਾਂ ਦੱਬਿਆ ਹੀ ਸੀ, ਹੁਣ ਘਰ ਵੀ ਦੱਬਣ ਨੂੰ ਫਿਰਦੀ ਆ। ਉਹ ਇੰਨੀ ਤਾਂ ਦਾਲ ਨੀ ਥੱਲੇ ਲੱਗਦੀ ਜਿੰਨਾ ਤੂੰ ਇਹਦੇ ਥੱਲੇ ਲੱਗਿਆ ਪਿਆ। ਜੇ ਮੈਂ ਤੁਹਾਡੇ ਡੈਡੀ ਦੇ ਮੂਹਰੇ ਐਂ ਬੋਲਦੀ ਨਾ, ਉਹ ਮੇਰੀ ਗੁੱਤਣੀ 'ਚ ਮਾਰਦਾ। ਇਹ ਤਾਂ ਕੁਛ ਨੀ ਹੁੰਦਾ। ਚੰਗੀ ਮਤ ਨਾ ਦਿਓ, ਅਖੇ ਗੁੱਤਣੀ 'ਚ ਮਾਰਨਾ ਸੀ। ਸਾਲਾ, ਇਸੇ ਕਰਕੇ ਵਿਆਹ ਨਹੀਂ ਕਰਾਉਂਦਾ ਮੈਂ। ਵਿਆਹ ਕਰਾਉਂਦਾ ਨਹੀਂ ਕਿ ਵਿਆਹ ਹੁੰਦਾ ਨਹੀਂ? ਜੇ ਹਾਥੀਆਂ ਦਾ ਹੋ ਸਕਦਾ ਤਾਂ ਘੋੜਿਆਂ ਦਾ ਕਿਉਂ ਨਹੀਂ ਹੋਊ? ਆਓ ਜੀ ਆਓ। ਕੀ ਲਾਉਂਗੇ? ਕਮਰਾ। ਉਹ ਮੈਂ ਤਾਂ ਇਹ ਕਹਿ ਰਿਹਾ ਸੀ ਇੱਥੇ ਜੀ ਘੱਟ ਨੇ, ਕਮਰੇ ਜ਼ਿਆਦਾ ਨੇ। ਦੱਸੋ ਕਿਹੜਾ ਕਮਰਾ ਲੈਣਾ? ਆਹ ਕਮਰਾ ਚਾਹੀਦਾ ਮੈਨੂੰ। ਭਾਬੀ, ਤੁਸੀਂ ਆਪਣਾ ਸਮਾਨ ਉਧਰਲੇ ਕਮਰੇ 'ਚ ਰੱਖ ਲਓ। ਲੈ ਵੀ ਸ਼ੇਰ ਸਿੰਘ, ਰੱਖ ਸਮਾਨ। ਹਾਂ ਨਾ, ਐਂ ਕਿਵੇਂ ਰੱਖ ਲਾਂ? ਪਤਾ ਕਿੰਨਾ ਔਖਾ ਹੈ। ਉਹ ਭਾਬੀ, ਇਹਦੇ 'ਚ ਔਖਾ ਕੀ ਹੈ? ਚਾਰ ਕੱਪੜੇ ਆ ਤੇਰੇ। ਇਹ ਹੋ ਸਕਦਾ ਵੀ ਉਹ ਵੱਡੇ ਹਾਥੀ ਵਾਸਤੇ ਛੋਟਾ ਹਾਥੀ ਕਰਾਉਣਾ ਪੈ ਜੇ। ਨਾ, ਅਸੀਂ ਤਾਂ ਇਹਨੂੰ ਖੁੱਡੇ 'ਚ ਨਾ ਵੜਨ ਦਈਏ ਤੇ ਤੂੰ ਸਾਡੇ ਕਮਰੇ 'ਚ ਵੜਨ ਨੂੰ ਫਿਰਦਾ। ਉਹ ਬਾਈ, ਸਮਝਾ ਭਾਬੀ ਨੂੰ। ਹਾਂ, ਮੈਂ ਆਪਣੇ ਕਿਰਾਏਦਾਰ ਸਾਹਿਬ ਨੂੰ ਜਵਾਨ ਦੇ ਚੁੱਕਿਆ। ਹਾਂ, ਤੈਨੂੰ ਤਾਂ ਪਤਾ ਹੀ ਮੈਂ ਜਵਾਨ ਦਾ ਕਿੰਨਾ ਪੱਕਾ। ਨਾ, ਮੈਨੂੰ ਤਾਂ ਪਹਿਲੀ ਵਾਰ ਦਿੱਤੀ ਹੈ। ਜ਼ਬਾਨ ਨੂੰ ਤੂੰ ਬੜਾ ਟੀਪੂ ਸੁਲਤਾਨ ਆ, ਮੁੱਕਰ ਜਾ। ਪਰ ਇਹਨੂੰ ਅਸੀਂ ਕਮਰਾ ਨਹੀਂ ਕਿਰਾਏ ਤੇ ਦੇ ਸਕਦੇ। ਹਾਂ ਬਿਲਕੁਲ। ਨਾਲੇ ਇੱਕ ਗੱਲ ਹੋਰ ਸੁਣ ਲੈ, ਇਸ ਕਮਰੇ 'ਚ ਮੇਰੀ ਡੋਲੀ ਆਈ ਸੀ, ਹੁਣ ਇੱਥੋਂ ਮੇਰੀ ਲਾਸ਼ ਹੀ ਬਾਹਰ ਜਾਊ। ਬਾਈ ਸੋਰੀ, ਤੈਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ। ਕਮਰਾ ਖਾਲੀ ਹੁਣ ਤੱਕ? ਨਹੀਂ, ਭਾਬੀ ਦੇ ਮਰਨ ਤੱਕ। ਉਹ ਘਬਰਾਉਣਾ ਕਾਹਨੂੰ ਹੈ, 50 ਦੀ ਤਾਂ ਹੋਈ ਪਈ ਹੈ, ਆਖਰ ਨੂੰ ਅੱਜ ਕੱਲ੍ਹ ਕਿੰਨੀਆਂ ਕਮਰਾਂ ਨੇ ਭਲਾ? ਤੈਨੂੰ ਨਾ ਅਸੀਂ ਇਹ ਨਾ ਉਹ ਕੋਈ ਕਮਰਾ ਕਿਰਾਏ ਤੇ ਨਹੀਂ ਦੇਣਾ। ਨਿੱਕੇ, ਤੂੰ ਮੰਮੀ ਨੂੰ ਪੁੱਛਿਆ? ਉਹ ਇਹਨੂੰ ਕਮਰਾ ਕਿਰਾਏ ਤੇ ਦੇਣ ਨੂੰ ਮੰਨਜੂ? ਕਿਉਂ ਨੀ ਮੰਨੂ, ਇਹਦਾ ਨਾਂ ਸ਼ੇਰ ਸਿੰਘ ਹੈ। ਅੱਛਾ, ਸਿਰਫ ਇਸ ਕਰਕੇ ਕਿ ਇਹਦਾ ਨਾਂ ਸ਼ੇਰ ਸਿੰਘ ਹੈ ਮੰਮੀ ਇਹਨੂੰ ਕਮਰਾ ਕਿਰਾਏ ਤੇ ਦੇਣ ਲਈ ਮੰਨਜੂ? ਮੰਮੀ ਨੂੰ ਵੀ ਪ੍ਰਾਊਡ ਫੀਲ ਹੋਊ ਵੀ ਅਸੀਂ ਘਰੇ ਸ਼ੇਰ ਰੱਖਿਆ। ਉਹ ਤੈਨੂੰ ਸ਼ੇਰ ਕਿਹਾ, ਆਵਾਜ਼ ਕੁੱਤੇ ਵਾਲੀ ਨਾ ਕੱਢ। ਹੁਣ ਅਸੀਂ ਨੀ ਇਹਨੂੰ ਕਮਰਾ ਕਿਰਾਏ ਤੇ ਦੇਣਾ। ਉਹ ਆ ਗਿਆ ਸਾਡਾ ਕਿਰਾਏਦਾਰ, ਉਹਨੂੰ ਦਵਾਂਗੇ। ਆ ਸ਼ਰਾਬੀ ਨੂੰ ਦੇਣਾ? ਆ ਮੋਢੇ ਤਾਂ ਦੇਖ ਕਿਵੇਂ ਮਾਰਦਾ ਲਾਹੌਰ ਦੀ ਕੰਜਰੀ ਵਾਂਗੂ। ਉਹ ਤੁਸੀਂ ਕਮਰਾ ਕਿਰਾਏ ਤੇ ਦੇਣਾ ਕਿ ਤੂੰ ਮੁਜਰਾ ਕਰਾਉਣਾ ਹੈ? ਕਿਹਨੂੰ ਕਮਰਾ ਕਿਰਾਏ ਤੇ ਦੇਣਾ ਤੇ ਕਿਹਨੂੰ ਧੱਕਾ ਦੇਣਾ, ਇਹਦਾ ਫੈਸਲਾ ਮੰਮੀ ਕਰੂਗੀ। ਮੰਮੀ, ਤੇਰੇ ਪੁੱਤ ਨੇ ਜਿੱਤ ਲਿਆ ਮੋਰਚਾ, ਅੱਜ ਤੋਂ ਤੇਰੀ ਸਾਰੀ ਚਿੰਤਾ ਖਤਮ। ਨਹੀਂ ਮਾਂ, ਸਦਕੇ ਮੇਰੇ ਪੁੱਤ ਨੇ ਬਹੂ ਲੱਭ ਲਈ। ਇਹਦਾ ਮੂੰਹ ਦੇਖ ਕੇ ਲੱਗਦਾ ਇਹਨੂੰ ਕਿ ਕੁੜੀ ਦੇ ਦੂਗਾ। ਤੇਰਾ ਮੂੰਹ ਦੇਖ ਕੇ ਲੱਗਦਾ ਸੀ ਵੀ ਤੈਨੂੰ ਕੋਈ ਕੁੜੀ ਦੇ ਦੂ? ਅਗਲੇ ਨੇ ਤੈਨੂੰ ਵੀ ਦੇਤੀ, ਚਾਹੇ ਆ ਬਾਗੜ ਬਿੱਲੀ ਜੀ ਦੇਤੀ। ਮੇਰੇ ਡੈਡੀ ਨੇ ਰਿਸ਼ਤਾ ਨਾ ਇਹਨਾਂ ਦਾ ਮੂੰਹ ਦੇਖ ਕੇ ਨਹੀਂ, ਇਹਨਾਂ ਦਾ ਢਿੱਡ ਦੇਖ ਕੇ ਰਿਸ਼ਤਾ ਕੀਤਾ ਸੀ। ਵੀ ਖਾਂਦੇ ਪੀਂਦੇ ਘਰ ਦੇ ਨੇ ਤੇ ਮਗਰੋਂ ਹੀ ਪਤਾ ਲੱਗਿਆ ਵੀ ਇਕੱਲੇ ਖਾਂਦੇ ਪੀਂਦੇ ਹੀ ਹੋ, ਘਰ ਦਾ ਤਾਂ ਰੌਲਾ ਚੱਲਦਾ। ਜੇ ਤੇਰੇ ਪ੍ਰਵਚਨ ਬੰਦ ਹੋ ਗਏ ਹੋਣ ਤਾਂ ਮੈਂ ਗੱਲ ਕਰਾਂ। ਮੈਂ ਕੀ ਕਿਹਾ ਜੀ? ਬਸ ਤੂੰ ਚੁੱਪ ਕਰ। ਦੇਖ ਮੰਮੀ, ਮੈਂ ਇੱਕ ਕਿਰਾਏਦਾਰ ਲੱਭਿਆ। ਹਾਂ, ਇੱਕ ਨੰਬਰ ਦਾ ਸ਼ਰਾਬੀ ਜਿਹੜਾ ਰੋਜ਼ ਦਾਰੂ ਪੀ ਕੇ ਆਪਦੀ ਤੀਵੀਂ ਨੂੰ ਕੁੱਟਦਾ। ਦਾਰੂ ਤਾਂ ਤੂੰ ਵੀ ਪੀਨਾ? ਪੀਨਾ ਚਾਹੇ, ਪਰ ਕਦੇ ਤੀਵੀਂ ਤੇਰੇ ਕੁੱਟੀ? ਓਏ, ਕੁੱਟੇਗਾ ਤਾਂ ਨਾ ਜੇ ਤੀਵੀਂ ਹੋਊਗੀ। ਤੇਰੇ ਵਾਲੀ ਤਾਂ ਹੈਗੀ ਹੈ, ਪੁੱਛ ਲੈ ਉਹਨੂੰ ਕਦੇ। ਭਾਬੀ, ਕਦੇ ਕੁੱਟਿਆ ਤੈਨੂੰ? ਬੋਲ ਬੋਲਦੀ ਕਿਉਂ ਨੀ ਕਦੇ ਚੱਕਿਆ ਤੇਰੇ ਤੇ ਹੱਥ? ਤੂੰ ਹੱਥ ਲਾ ਕੇ ਤਾਂ ਦੇਖ ਜੇ ਤੇਰੇ ਸੀਰਮੇ ਨਾ ਪੀ ਜਾ। ਮੁੱਦੇ ਦੀ ਗੱਲ ਕਰ ਜਿਹੜੀ ਕਰਨ ਆਇਆ। ਮੁੱਦੇ ਨੂੰ ਬੜਾ ਕਸ਼ਮੀਰ ਦਾ ਮੁੱਦਾ, ਇੱਕ ਕਮਰਾ ਉਹ ਕਿਰਾਏ ਤੇ ਦੇਣਾ,
ਰੌਲਾ ਐ ਪਾ ਰੱਖਿਆ ਜਿਵੇਂ ਹਰਿਆਣੇ ਨੂੰ ਚੰਡੀਗੜ੍ਹ ਦੇ ਰਹੇ ਹੋਈਏ। ਬੇ ਕੰਜਰੋ, ਤੁਸੀਂ ਆਪਣਾ ਕੰਜਰਖਾਨਾ ਬੰਦ ਕਰੋ, ਪਹਿਲਾਂ ਉਹਨਾਂ ਕੰਜਰਾਂ ਕੋਲੇ ਚੱਲੀਏ ਜਿਨ੍ਹਾਂ ਨੂੰ ਮਕਾਨ ਕਿਰਾਏ ਤੇ ਚੜਾਉਣਾ। ਚਲੋ ਮੇਰੇ ਨਾਲ। ਚਲੋ ਆ ਜਾਓ। ਇਹ ਆ ਮੇਰੇ ਲੱਭੇ ਕਿਰਾਏਦਾਰ ਬਬਲਾ ਜੀ। ਮੰਮੀ, ਇਹ ਸ਼ਰਾਬ ਤੇ ਚੱਲਣ ਵਾਲੀ ਗੱਡੀ ਨੂੰ ਛੱਡ, ਇਹ ਨੇ ਮੇਰੇ ਲੱਭੇ ਹੋਏ ਕਿਰਾਏਦਾਰ ਸਰਦਾਰ ਸ਼ੇਰ ਸਿੰਘ ਜੀ। ਓਏ, ਸ਼ਰਾਬ ਤਾਂ ਭਾਜੀ ਕਦੇ ਕਦੇ ਪੀਂਦੇ ਆ। ਕਦੇ ਕਦੇ ਨਹੀਂ, ਇਹ ਪੁੱਛ ਵੀ ਕਦੋਂ ਕਦੋਂ ਨਹੀਂ ਲਾਉਂਦਾ, ਸਵੇਰੀ ਤਾਂ ਡੱਫ ਲੈਂਦਾ। ਨਾ 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 ਨਾ, ਮੈਂ ਵੀ ਅਸੂਲਾਂ ਤੇ ਚੱਲਦਾ। ਜਿਹੜੇ ਤੇਰੇ ਹਾਲਾਤ ਨੇ, ਮੈਨੂੰ ਲੱਗਦਾ ਤੂੰ ਸਪ੍ਰਿੰਗਾਂ ਤੇ ਚੱਲਦਾ। ਗਲਤ, ਮੈਂ ਸਵੇਰੇ ਉੱਠਦਾ, ਦਾਤਣ ਕੁਰਲਾ ਕਰਦਾ, ਆਪਣਾ ਮੂੰਹ ਮੱਥਾ ਸਵਾਰਦਾ। ਅੱਛਾ, ਫਿਰ ਜਾ ਕੇ ਦੋ ਪੈਗ ਲਾਉਣਾ। ਅੱਛਾ, ਫਿਰ ਤਾਂ ਬਹੁਤ ਹੀ ਸਿਆਣਾ ਤੂੰ। ਆ ਦੇਖਿਆ ਮੰਮੀ? ਨਾ ਪੁੱਤ, ਮੈਂ ਤਾਂ ਕਦੇ ਇਹਨੂੰ ਦੇਖਿਆ ਨੀ ਅੱਜ ਤੋਂ ਪਹਿਲਾਂ। ਉਹ ਮੰਮੀ, ਤੂੰ ਕਿਹੜਾ ਇਹਦੇ ਨਾਲ ਹਾਥੇ 'ਚ ਜਾਂਦੀ ਰਹੀ ਹੈ? ਭਾਅ ਜੀ ਕੀ ਬੋਲੀ ਜਾਂਦੇ ਹੋ, ਬਾਹਲਾ ਬੋਲ ਕੇ ਨਾ ਆਪਦਾ ਕੰਮ ਨਾ ਖਰਾਬ ਕਰ ਲਿਓ, ਨਾਲੇ ਇਹ ਤਾਂ ਤੁਹਾਡੇ ਹੱਕ 'ਚ ਖੜੇ ਨੇ। ਮੇਰੇ ਹੱਕ 'ਚ ਤਾਂ ਕਦੇ ਮੇਰੀ ਜਨਾਨੀ ਨਹੀਂ ਖੜੀ, ਇਹ ਮੇਰੇ ਹੱਕ 'ਚ ਕੀ ਖੜ ਜੂ? ਮੈਂ ਤਾਂ ਜਦੋਂ ਖੜਦਾ, ਦੋ ਪੈਗ ਲਾ ਕੇ ਆਪਣੇ ਪੈਰਾਂ 'ਤੇ ਆਪ ਖੜਦਾ। ਭਾਅ ਜੀ ਚੁੱਪ ਕਰੋ, ਗੱਲ ਸੁਣ ਲਓ, ਘਰ 'ਚ ਜਵਾਨ ਨੂੰ ਰਹਿੰਦੀ ਹੈ, ਮੈਨੂੰ ਕਿਰਾਏਦਾਰ ਸ਼ਰੀਫ ਚਾਹੀਦਾ। ਓ ਮੰਮੀ, ਇਹ ਤਾਂ ਇੰਨੇ ਸ਼ਰੀਫ ਖਾਨਦਾਨ ਨੂੰ ਬਿਲੋਂਗ ਕਰਦਾ। ਜਿਹੜਾ ਇਹਦਾ ਡੈਡੀ ਹੈ ਨਾ, ਉਹ ਜਦੋਂ ਰਾਤ ਨੂੰ ਘਰੇ ਆਉਂਦਾ ਤਾਂ ਆਪਣਾ ਖੁੰਡਾ ਜਿਹੜਾ ਉਹਨੂੰ ਮੰਜੇ ਦੇ ਉੱਤੇ ਲਟਾਉਂਦਾ, ਤੇ ਆਪ ਵਿਚਾਰਾ ਸਾਰੀ ਰਾਤ ਕੰਧ ਨਾਲ ਲੱਗਿਆ ਖੜਾ ਰਹਿੰਦਾ। ਇਹਨੂੰ ਸ਼ਰੀਫ ਨੀ, ਇਹਨੂੰ ਬੇਵਕੂਫ ਕਹਿੰਦੇ ਆ। ਬੇਵਕੂਫ ਤਾਂ ਅਸੀਂ ਆਪੇ ਹੀ ਹਾਂ। ਹੁਣ ਤੁਸੀਂ ਮੈਨੂੰ ਹੀ ਲੈ ਲਓ, ਮੇਰੀ ਘਰ ਵਾਲੀ ਮੈਨੂੰ 7 ਸਾਲ ਤੋਂ ਬੇਬੀ ਬੇਬੀ ਕਹਿੰਦੀ ਆ, ਪਰ ਘਰ 'ਚ ਕੋਈ ਬੇਬੀ ਹੋਣਾ ਵੀ ਤਾਂ ਚਾਹੀਦਾ ਨਾ, ਜਿਹੜਾ ਮੈਨੂੰ ਵੀ ਡੈਡੀ ਜੀ ਕਹੇ। ਹੈ, ਮੇਰੇ ਹਾਲੇ ਤੀਕਰ ਕੋਈ ਬੱਚਾ ਨਹੀਂ ਹੋਇਆ। ਜਵਾਕ ਤੇਰੇ ਨੀ, ਤੇਰੀ ਘਰ ਵਾਲੀ ਦੇ ਹੋਣਾ। ਉਹ ਘਰ ਵਾਲੀ 'ਚ ਨੁਕਸਾ ਤਾਂ ਹੀ ਨਹੀਂ ਹੋਇਆ, ਉਲਟਾ ਬਾਹਰ ਚੱਕਰ ਚਲਾਈ ਫਿਰਦੀ ਆ। ਬਦਤਮੀਜ਼ ਬੇਵਕੂਫ ਕਿਸੇ ਥਾਂ ਦੀ ਨਾ ਹੋਵੇ ਤਾਂ ਕਮੀਨੀ। ਓਏ ਖਬਰਦਾਰ, ਜੇ ਪੂਜਾ ਨੂੰ ਇੱਕ ਵੀ ਗਾਲ ਹੋਰ ਕੱਢੀ ਤਾਂ ਮੈਂ ਬਹੁਤ ਖਤਰਨਾਕ ਬੰਦਾ। ਓਏ ਇੱਕ ਨਹੀਂ, ਮੈਂ ਤਾਂ 1000 ਕੱਢੂੰਗਾ, ਕਰੈਕਟਰਲੈਸ ਕਮੀਨੀ ਕਿਸੇ ਥਾਂ ਦੀ ਨਾ ਹੋਵੇ ਤਾਂ। ਪਰ ਤੈਨੂੰ ਕਿਵੇਂ ਪਤਾ ਹੈ ਮੇਰੀ ਘਰ ਵਾਲੀ ਦਾ ਨਾਂ ਪੂਜਾ? ਜਿਹੜੀ ਤੇਰੀ ਪੂਜਾ ਹੈ ਨਾ, ਉਹਦਾ ਪੁਜਾਰੀ ਮੈਂ ਹੀ ਹਾਂ। ਕੀ ਮਤਲਬ ਤੇਰਾ? ਮਤਲਬ ਮੁਲਮ ਨਹੀਂ ਮੈਨੂੰ ਪਤਾ, ਮੇਰਾ ਇੱਕ ਵਾਰ ਉਹਨਾਂ ਨੂੰ ਵਿਆਹ ਹੋ ਲੈਣ ਦੇ, 4 ਮਹੀਨਿਆਂ 'ਚ ਪਤਾ ਲੱਗ ਜੂ ਕਿ ਨੁਕਸ ਉਹਦੇ 'ਚ ਨਹੀਂ ਸੀ, ਤੇਰੇ 'ਚ ਸੀ। ਖੜਜਾ ਤੇਰੀ ਮੈਂ ਤੈਨੂੰ ਮੈਂ ਦਾਦਾ, ਰੁਕ ਜਾ ਸਾਲਿਆ, ਖੜਜਾ ਤੈਨੂੰ ਮੈਂ। ਸਤਿ ਸ਼੍ਰੀ ਅਕਾਲ ਭਗਵਾਨ ਜੀ। ਸਤਿ ਸ਼੍ਰੀ ਅਕਾਲ। ਅੱਜ ਤਾਂ ਟਾਈਮ 'ਤੇ ਆ ਮੈਂ। ਟਾਈਮ 'ਤੇ ਤਾਂ ਹੈਗਾ, ਪਰ ਆ ਕਿਹਦਾ ਟਾਈਮ ਚੱਕੀ ਫਿਰਦਾ ਹੈ? ਕੌਣ ਹੈ ਜੀ? ਹਾਂ, ਮੇਰੀ ਸੈਕਰੇਟਰੀ ਹੈ ਜੀ, ਆਫਿਸ ਤੋਂ ਹੈ ਜੀ। ਸੈਕਰੇਟਰੀ ਹੈ ਜਾਂ ਕੋਈ ਖਾਸ ਹੀ ਹੈ? ਨਹੀਂ ਜੀ, ਸੈਕਰੇਟਰੀ ਹੈ ਜੀ। ਦੇਖੀ ਕਿਤੇ ਗੜਬੜ ਨਾ ਕਰਦੀ ਕੋਈ? ਨਹੀਂ ਭਾਅ ਜੀ, ਤੁਸੀਂ ਮੇਰੇ ਵਕੀਲ, ਤੁਹਾਡੇ ਥੋੜ੍ਹਾ ਲੁਕਾਉਂਗਾ ਕੁਛ। ਵੈਸੇ ਮੈਂ ਸੁਣਿਆ ਡਾਕਟਰ ਦੇ ਵਕੀਲ ਤੋਂ ਗੱਲ ਹੀ ਲੁਕਾਉਣੀ ਚਾਹੀਦੀ। ਵੈਰੀ ਗੁੱਡ, ਵੈਰੀ ਗੁੱਡ। ਦੋਸਤ ਆ ਜੀ, ਕੋਰਟ ਦੇਖਣ ਆਈ ਸੀ। ਕੋਈ ਨਹੀਂ, ਪਾ ਦਿੰਦੇ ਛੱਬੀ। ਮਤਲਬ ਮਜ਼ਾਕ ਕਰ ਰਿਹਾ ਸੀ ਜੱਜ ਸਾਹਿਬ। ਪਹਿਲੀ ਵਾਰੀ ਮੇਰੀ ਹੈ ਜੀ, ਇਹ ਐਵੇਂ ਵਿੱਚ ਟੰਗਾਂ ਡਾ ਰਹੇ ਨੇ। ਟੰਗਾਂ ਡਾ ਜੀ? ਲੈਂਗੁਏਜ ਦੇਖੋ ਸਰ ਇਹਦੀ, ਮੈਂ ਇੱਕ ਰਿਸਪੈਕਟੇਬਲ ਐਡਵੋਕੇਟ ਆ ਇੱਥੇ। ਉਹ ਮੈਂ ਵੀ ਤਾਂ ਐਡਵੋਕੇਟ ਆ, ਮੈਂ ਕਿਹੜਾ ਚਪੜਾਸੀ ਲੱਗਿਆ ਇੱਥੇ। ਉਹ ਤਮੀਜ਼ ਨਾਲ ਬੋਲੀਦਾ ਹੁੰਦਾ, ਸੀਨੀਅਰ ਬੈਠੇ ਨੇ, ਜੱਜ ਸਾਹਿਬ ਨੇ। ਜੱਜ ਸਾਹਿਬ ਤੁਸੀਂ ਆਪਣੇ ਆਪ ਫੈਸਲਾ। ਹਾਂ ਜੱਜ ਸਾਹਿਬ। ਆਰਡਰ ਆਰਡਰ ਆਰਡਰ। ਪੋਸਟਰ ਛਪਵਾ ਰਹੀ ਆ ਚਾਰ ਵਾਲੇ। ਅੱਗ ਤੇ ਕਿਉਂ? ਮੈਂ ਤਾਂ ਉਹਦੀ ਨਸ ਨਸ ਦੇ ਵਿੱਚ ਡਰ ਭਰਦਾ। ਮੈਂ ਕਿਹਾ ਗੱਲ ਸੁਣ ਲੈ, ਕੋਰਟ ਦੇ ਵਿੱਚ ਜਾ ਕੇ ਇੱਕ ਸ਼ਬਦ ਨਹੀਂ ਬੋਲਣਾ, ਜੇ ਬੋਲੀ ਮੈਂ 4 ਗੁਣਾ ਫੀਸ ਵਧਾ ਦੇਣੀ ਹੈ। ਹੁਣ ਦੇਖੀ ਗੂੰਗੀ ਹੋ ਜੂ, ਭੋਰਾ ਨਹੀਂ ਬੋਲਦੀ। ਕੇਲਾ ਕੇਲਾ ਖਾਣ ਦਾ ਵੀ ਆਪਣਾ ਹੀ ਸਵਾਦ ਆ ਯਾਰ, ਕਿ ਨਹੀਂ?
ਭਾਈ ਸਾਹਿਬ ਆਹ ਕੀ ਮਰੂਦ ਹੈ ਦਿਸਦਾ ਨੀ ਵੀ ਕੇਲਾ ਕਾਕਾ ਜਿਹੜੀ ਚੀਜ਼ ਵੇਚੀਦੀ ਹੁੰਦੀ ਹੈ ਉਹਦਾ ਧਿਆਨ ਰੱਖੀ ਦਿੰਦਾ ਮੈਂ ਕੀ ਵੇਚ ਰਿਹਾ ਮੈਨੂੰ ਐਵੇਂ ਗੱਲਾਂ ਵਿੱਚ ਨਾਲ ਜਾਓ ਪੈਸੇ ਕੱਢੋ ਜੇ ਐਵੇਂ ਠੱਗ ਮੇਰੀ ਰੇਹੜੀ ਤੋਂ ਚੱਕਦੇ ਰਹੇ ਇੱਕ ਇੱਕ ਕੇਲਾ ਮੈਂ ਤਾਂ ਹੋਜੂ ਮਿੰਟੋ ਮਿੰਟੀ ਮੂੰਹ ਸੰਭਾਲ ਕੇ ਗੱਲ ਕਰੋ ਮੂੰਹ ਸੰਭਾਲ ਕੇ ਹੀ ਗੱਲ ਕਰ ਰਹੇ ਹਾਂ ਅੱਜ ਜੇ ਮੈਂ ਤੁਸੀਂ ਮੇਰੀ ਰੇਹੜੀ ਤੋਂ ਕੇਲਾ ਚੱਕ ਕੇ ਤੁਰ ਗਏ ਸੀ ਤਾਂ ਮੈਂ ਤੁਹਾਨੂੰ ਚੋਰ ਚੋਰ ਵੀ ਕਹਿ ਸਕਦਾ ਸੀ ਚੋਰ ਆ ਗਏ ਚੋਰ ਫੜ ਲੋ ਕਹਿ ਕੇ ਦਿਖਾ ਚੋਰ ਜੇ ਨਾ ਤੇਰਾ ਇੱਥੇ ਹੀ ਬਣਾਇਆ ਮਿੰਟ 'ਚ ਮੈਂ ਮੋਰ ਹੈ ਘੜੀਸ ਘੜੀਸ ਕੁੱਟੂ ਕਚਹਿਰੀਆਂ 'ਚ ਤੈਨੂੰ ਪਤਾ ਨਹੀਂ ਅਸੀਂ ਕੌਣ ਹੁੰਦੇ ਹਾਂ ਵਕੀਲ ਹਾਂ ਅਸੀਂ ਵਕੀਲ ਤਾਂ ਹੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਖਾਣਾ ਖਿੱਚ ਗਏ ਹੋ ਬਕਵਾਸ ਨਾ ਕਰ ਨਹੀਂ ਕਰਦਾ ਪੈਸੇ ਕੱਢੋ ਜੇ ਮੈਂ ਚਾਹਾਂ ਨਾ ਆ ਤੇਰੀ ਸਾਰੀ ਰੇਹੜੀ ਜੀ ਖਰੀਦ ਸਕਦਾ ਇੱਕ ਕੇਲਾ ਤਾਂ ਖਰੀਦਿਆ ਨਹੀਂ ਜਾਂਦਾ ਰੇਹੜੀ ਕੀ ਖਰੀਦ ਲਓਗੇ ਤੂੰ ਇਹ ਦੱਸ ਕਿੰਨੇ ਦੀ ਹੈ ਪੂਰੇ 2000 ਦੀ ਡਿਲੀਵਰੀ ਫ੍ਰੀ ਘਰੇ ਕਿਸੇ ਨੇ ਵਰਤ ਵੁਰਤ ਰੱਖਿਆ ਅਲਾ ਫੜੋ 2000 ਤੇ ਪੂਰੇ ਇੱਕ ਮਿੰਟ ਆ ਫੜ ਤੇ ਆ ਫੜ ਮੇਰਾ ਕਾਰਡ ਘਰੇ ਪਹੁੰਚਾ ਦੀ ਠੀਕ ਹੈ ਮੰਨਿਆ ਨਾ ਹੁਣ ਤੇਰੀ ਭਾਬੀ ਦਾ ਫੋਨ ਆਇਆ ਹੈਲੋ ਹਾਂਜੀ ਹੈ ਸਬਜ਼ੀ ਲੈ ਕੇ ਆਵਾਂ ਮੈਂ ਤਾਂ ਕੇਲਿਆਂ ਦੀ ਟਰੱਕ ਖਰੀਦ ਲਿਆ ਯਾਰ ਉਹ ਯਾਰ ਕੇਲੇ ਹੀ ਖਰੀਦੇ ਕੋਈ ਜ਼ਹਿਰ ਤਾਂ ਨਹੀਂ ਖਰੀਦੀ ਯਾਰ ਯਾਰ ਸਬਜ਼ੀ ਬਣਾ ਚਾਹੇ ਸ਼ੇਕ ਬਣਾ ਚਾਹੇ ਗੁਆਂਢੀਆਂ ਨੂੰ ਵੰਡ ਯਾਰ ਮੈਨੂੰ ਨਹੀਂ ਪਤਾ ਬਸ ਤੂੰ ਆਪਣੇ ਕੇਲੇ ਸਾਂਭ ਓਕੇ ਯਾਰ ਕੀ ਹੈ ਜਨਾਨੀਆਂ ਦਾ ਇੰਨਾ ਬੋਲਦੀਆਂ ਨੇ ਨਾ ਇੰਨਾ ਬੋਲਦੀਆਂ ਨੇ ਪਤਾ ਨਹੀਂ ਕਦੋਂ ਬੋਲਣਾ ਬੰਦ ਕਰਨਗੀਆਂ ਕੱਲ ਤਾਂ ਕੱਲੋਂ ਗੁੰਜਨ ਨੇ ਕੋਟ ਦੇ ਵਿੱਚ ਗੂੰਗੀ ਹੋ ਜਾਣਾ ਹਾਂਜੀ ਸ਼ੈਂਟੀ ਜੀ ਫਿਰ ਕੋਈ ਖੱਟੀਆਂ ਮਿੱਠੀਆਂ ਯਾਦਾਂ ਹੈ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਕਦੇ ਵੀ ਇਸ ਨਜ਼ਰ ਨਾਲ ਉਸਨੂੰ ਨਹੀਂ ਦੇਖਿਆ ਕਿਉਂ ਐਨਕਾ ਉਤਾਰ ਕੇ ਦੇਖਦਾ ਸੀ ਸਾਇਲੈਂਸ ਹਾਂ ਬੋਲੋ ਨਹੀਂ ਨਹੀਂ ਉਹ ਤਾਂ ਮੇਰੀ ਭੈਣਾਂ ਵਰਗੀ ਹੈ ਭੈਣ ਜਾਂ ਭੈਣਾਂ ਵਰਗੀ ਦੇਖ ਲੈ ਫੈਸਲਾ ਕਰ ਲੈ ਤੂੰ ਗੀਤਾ 'ਤੇ ਹੱਥ ਰੱਖ ਕੇ ਸਹੁੰ ਖਾਧੀ ਹੈ ਜੇ ਝੂਠ ਬੋਲਿਆ ਨਾ ਤਾਂ ਪਾਪ ਲੱਗੂ ਸੱਚ ਸੱਚ ਦੱਸ ਦੇ ਤੈਨੂੰ ਗੁੰਜਨ ਨੇ ਕੀ ਬੋਲਣ ਲਈ ਕਿਹਾ ਕੀ ਸਿਖਾ ਕੇ ਭੇਜਿਆ ਗੁੰਜਨ ਨੇ ਗੁੰਜਨ ਨੇ ਬੋਲਿਆ ਸੀ ਤੂੰ ਭੈਣ ਬੋਲਣਾ ਮੂੰਹ ਬੋਲੀ ਭੈਣ ਬੋਲਣਾ ਆਰਡਰ ਆਰਡਰ ਹਾਂਜੀ ਸ਼ੈਂਟੀ ਜੀ ਫਿਰ ਹੋਰ ਕੀ ਕੀ ਸਿਖਾਇਆ ਗੁੰਜਨ ਨੇ ਗੁੰਜਨ ਨੇ ਕਿਹਾ ਕੋਰਟ ਵਿੱਚ ਘਬਰਾਈ ਨਾ ਸਾਰੇ ਲੱਲੂ ਹੀ ਆ ਸ਼ੈਂਟੀ ਜੀ ਗੁੰਜਨ ਬਾਰੇ ਸੋਚੋ ਕੀ ਬਣੂ ਉਹਦਾ ਜਦੋਂ ਉਹਦਾ ਡਿਵੋਰਸ ਹੋ ਗਿਆ ਪਤੀ ਵੀ ਗਿਆ ਘਰ ਵੀ ਗਿਆ ਉਹਦੇ ਤਾਂ ਵਿਚਾਰੀ ਦੇ ਪੱਲੇ ਕੱਖ ਵੀ ਨਹੀਂ ਰਹਿਣਾ ਉਹ ਤਾਂ ਸੜਕ 'ਤੇ ਆ ਜੂਗੀ ਬਸ ਰਹਿ ਜੂਗੀ ਵਿਚਾਰੀ ਟਰੱਕ ਵਾਲਿਆਂ ਨੂੰ ਹੱਥ ਦੇਣ ਜੋਗੀ ਰਣਬੀਰ ਗੁੰਜਨ ਨੂੰ ਡਾਈਵੋਰਸ ਦੇ ਦੂ ਉਹਨੂੰ ਰੋਡ 'ਤੇ ਛੱਡ ਦਿਉ ਅਤੇ ਮੈਂ ਚੁੱਪ ਕਰਕੇ ਬੈਠਾ ਰਹੂੰ ਮੈਂ ਗੁੰਜਨ ਨੂੰ ਆਪਣੇ ਸੀਨੇ ਨਾਲ ਲਾਊਂ ਗੁੰਜਨ ਲਈ ਮੈਂ ਇੱਕ ਲਵੀਸ਼ਕਾਰ ਬਣਾਉਂ
ਤੇ ਜਦੋਂ ਇਸ ਲੰਗੂਰ ਨਾਲ ਤਲਾਕ ਹੋ ਗਿਆ ਫਿਰ ਮੈਂ ਗੁੰਜਨ ਨਾਲ ਵਿਆਹ ਕਰਾਊਂ। ਮੈਨੂੰ ਪਤਾ ਸੀ ਕਿ ਮੈਨੂੰ ਸਬੂਤ ਪੇਸ਼ ਕਰਨਾ ਪਊਗਾ, ਇਸ ਲਈ ਮੈਂ ਅੱਜ ਪੂਰੀ ਤਿਆਰੀ ਦੇ ਨਾਲ ਆਇਆ। ਇੱਕ ਮਿੰਟ, ਆਹ ਦੇਖੋ ਜੱਜ ਸਾਹਿਬ, ਆਹ ਕੀ ਹੈ? ਇਹ ਤਾਂ ਚਿੰਗਾ ਹੈ। ਇਹ ਚਿੰਗਾ ਚੁੰਗਾ ਨਹੀਂ ਜੱਜ ਸਾਹਿਬ, ਇਹ ਟਾਈਮ ਬੰਬ ਹੈ, ਟਾਈਮ ਬੰਬ। ਜੇ ਇਹੋ ਜਿਹੀਆਂ ਚੀਜ਼ਾਂ ਬੰਦਾ ਰੋਜ਼ ਖਾਊਗਾ ਤਾਂ ਸਰੀਰ ਤਾਂ ਆਪਣੇ ਆਪ ਰੜਨਾ ਹੈ। ਹੋਰ ਕਿਹੜਾ ਹੈ ਕੋਲੇ ਵਾਲੇ ਪਰੌਂਠੇ ਖਾ ਕੇ ਕਾਲਾ ਹੋਇਆ? ਅੱਛਾ ਅੱਛਾ, ਚੁੱਪ ਕਰੋ ਚੁੱਪ ਕਰੋ ਚੁੱਪ ਕਰੋ।